ਹਾਂਜੀ ਅੱਜ ਕਰਦੇ ਹਾਂ ਸਿਕਰ ਸਿਓਨੇ ਵਾਲਾ ਆਪਾਂ ਚੈਪਟਰ 36ਵਾਂ 37ਵਾਂ ਇਕੱਠੇ ਹੀ ਹੈ ਜਿੱਦਾਂ ਇਹ ਇੱਕੋ ਚੈਪਟਰ ਬਣ ਜਾਂਦਾ ਤਾਂ ਇਹ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ ਕੀ ਕੀ ਗੱਲਾਂ ਹੈਗੀਆਂ ਰਿਸਪੋਨਸਾਬਿਲਤਾ ਚੀਵੀਲੇ ਮਤਲਬ ਸਿਵਲ ਜ਼ਿੰਮੇਵਾਰੀ ਜਿਹਨੂੰ ਆਪਾਂ ਮੰਨ ਲੈਂਦੇ ਵੀ ਲਾਈਟ ਭੰਨਤੀ ਅਗਲੇ ਦੀ ਤਾਂ ਉਹ ਸਾਨੂੰ ਭੰਨੀ ਹੋਈ ਲਾਈਟ ਦੇ ਪੈਸੇ ਪੇ ਕਰਨੇ ਪਊਗੇ ਪੇ ਕਰਨ ਨੂੰ ਕਹਿੰਦੇ ਆ ਰਿਸਾਰਚੀਮੈਂਟ ਤੋਂ ਪੇ ਕਰਨਾ ਪਊਗਾ ਦਾਨੋ ਨੁਕਸਾਨ ਹਰ ਇੱਕ ਨੁਕਸਾਨ ਓਨੀ ਦਾਨੋ ਹਰ ਇੱਕ ਨੁਕਸਾਨ ਚਾਹੇ ਲਾਈਟ ਭੰਨ ਹੋਈ ਘਰੀਟ ਵੀ ਪੈ ਗਈ ਪੇ ਕਰਨੀ ਪਊਗੀ ਇਹ ਚੀਜ਼ ਹੈਗੀ ਹੈ ਰਿਸਪੋਨਸਾਬਿਲਤਾ ਚੀਵਿਲ ਸਿਵਲ ਮਤਲਬ ਸਿਵਲ ਹੀ ਹੈ ਹਜੇ ਗੱਲ ਇੱਥੇ ਰਹਿ ਗਈ ਹੈ ਕੇਸ ਨਹੀਂ ਹੋਇਆ ਰਿਸਪੋਨਸਾਬਿਲਤਾ ਪੈਨਾਲੇ ਕੇਸ ਹੁੰਦਾ ਹੈ ਨਾ ਇਹਨਾਂ ਗੱਲਾਂ ਦਾ ਆਪਾਂ ਨੂੰ ਪਤਾ ਹੀ ਹੈ ਚਲੋ ਕਿਉਂਕਿ ਉਹ ਤਾਂ ਆਪਾਂ ਨੂੰ ਪੂਰਾ ਵੀਡੀਓ ਦੇਖਣਾ ਪੈਣਾ ਆਪਾਂ ਮੋਟੀ ਮੋਟੀ ਗੱਲਾਂ ਕਰਦੇ ਹਾਂ ਹਰ ਇੱਕ ਨੁਕਸਾਨ ਓਨੀ ਦਾਨੋ ਦੇਵੇ ਐਸਰੇ ਰਿਸਰਚੀ ਤੋਰ ਰਿਸਰਚੀ ਤੋਰ ਮਤਲਬ ਪੇ ਕਰਨਾ ਪਊਗਾ ਜਿੰਨਾ ਵੀ ਥੋੜਾ ਵੀ ਹੋਵੇ ਅੰਕੇ ਸੇ ਲਿਖਿਆ ਹੁੰਦਾ ਨਾ ਅੰਕੇ ਸੇ ਲੀਏਵੇ ਐਂਤੀ ਤਾਂ ਥੋੜੀ ਕੁਆਂਟਿਟੀ ਦਾ ਵੀ ਹੋਵੇ ਪੇ ਕਰਨਾ ਪਊਗਾ ਤੇ ਫਿਰ ਜ਼ਿੰਮੇਵਾਰੀ ਕਿਹਦੀ ਪੈ ਜਾਂਦੀ ਕਿਹਦੀ ਜ਼ਿੰਮੇਵਾਰੀ ਐਕਸੀਡੈਂਟ ਹੋ ਜਾਵੇ ਤਾਂ ਆਪਾਂ ਕਹਿੰਦੇ ਹਾਂ ਡਰਾਈਵਰ ਦੀ ਵੀ ਤੇ ਮਾਲਕ ਦੀ ਵੀ ਜੇ ਨੋਰਮਲ ਐਕਸੀਡੈਂਟ ਹੋਵੇ ਡਰਾਈਵਰ ਵੀ ਮਾਲਕ ਵੀ ਇਹ ਤਾਂ ਸਾਨੂੰ ਪਤਾ ਹੀ ਹੈ ਪਰ ਜੇ ਕੋਈ ਵੀ ਪਤਾ ਜੇ ਮਾਲਕ ਪ੍ਰੂਵ ਕਰ ਦੇਵੇ ਪ੍ਰੋਪਰੀਟਰੀ ਉਹ ਪ੍ਰੂਵ ਕਰ ਦੇਵੇ ਕਿ ਮੇਰੀ ਮਰਜ਼ੀ ਤੋਂ ਬਿਨਾਂ ਬਾਕੀ ਤਾਂ ਸਵਾਲ ਗੱਲਾਂ ਹੀ ਹੈ ਜੇ ਪ੍ਰੂਵ ਕਰ ਦੇ ਤਾਂ ਫਿਰ ਇਕੱਲੇ ਡਰਾਈਵਰ ਦੀ ਰਹਿ ਜਾਣੀ ਉਹ ਵੀ ਗੱਲ ਸਹੀ ਹੈ ਜੇ ਕੋਈ ਚੋਰੀ ਕਰਕੇ ਲੈ ਗਿਆ ਤਾਂ ਜਾਂ ਤਾਂ ਦੋਨਾਂ ਦੀ ਹੈ ਜਾਂ ਫਿਰ ਪ੍ਰੂਵ ਕਰ ਦੇ ਤਾਂ ਫਿਰ ਇਕੱਲੇ ਡਰਾਈਵਰ ਦੀ ਮਤਲਬ ਹਮੇਸ਼ਾ ਜ਼ਿਆਦਾਤਰ ਡਰਾਈਵਰ ਤੇ ਪੈਂਦੀ ਹੈ ਤੇ ਜੇ ਹੋਵੇ ਪੈਨਾਲੇ ਉਹਦੀ ਵੀ ਗੱਲ ਕਰ ਲੈਂਦੇ ਹਾਂ ਇੱਥੋਂ ਕਰ ਲੈਂਦੇ ਹਾਂ ਫੋਟੋ ਦੇ ਵਿੱਚ ਤੇ ਸਿਵਲ ਦੇ ਵਿੱਚ ਕੀ ਹੈ ਲਾਈਟ ਭੰਨੀ ਜੇ ਆਪਾਂ ਤਾਂ ਉਹਦਾ ਇਹ ਕਦੋਂ ਪੇ ਕਰਨੀ ਪੈਂਦੀ ਜ਼ਿੰਮੇਵਾਰੀ ਕਦੋਂ ਬਣਦੀ ਹੈ ਤਾਂ ਕੋਜ਼ੇ ਪਰਸੋਨੇ ਤੇ ਅਨਿਮਾਲੀ ਤਿੰਨਾਂ ਨੂੰ ਨੁਕਸਾਨ ਹੋਵੇ ਸੋਲੇ ਕੋਜ਼ੇ ਸੋਲੇ ਸਾਲੇ ਨਹੀਂ ਤਿੰਨਾਂ ਨੂੰ ਮਾੜਾ ਜਿਹਾ ਵੀ ਨੁਕਸਾਨ ਹੋ ਗਿਆ ਪੇ ਕਰਨਾ ਪਊਗਾ ਉਹ ਕੋਈ ਜ਼ਿੰਮੇਵਾਰੀ ਕਿ ਜ਼ਿੰਮੇਵਾਰੀ ਦਾ ਦੰਦ ਕਾਰੀ ਕੋ ਕਿਤੇ ਹੁੰਦਾ ਹੈ ਕਾਰੀ ਕੋ ਕਿਤੇ ਹੁੰਦਾ ਹੈ ਜਾਂ ਅਗਰਾਵਾਤਾ ਮਤਲਬ ਜਿਹਨੂੰ ਆਪਾਂ ਲੋਡ ਪੈਣਾ ਪੈ ਜਾਂਦਾ ਹੈ ਕਿਤੇ ਲੋਡ ਪਊਗਾ ਇਹਦਾ ਜ਼ਿੰਮੇਵਾਰੀ ਲਾਈਟ ਭੰਨੀ ਦਾ ਲੋਡ ਕਿਤੇ ਪਊਗਾ ਅਗਰਾਵਾਤਾ ਕਾਰੀ ਕੋ ਦਵਾੜ ਆਉਂਦਾ ਆਪਾਂ ਦੋਨੋਂ ਕਹਿ ਦਾਂਗੇ ਦੋਨਾਂ ਤੇ ਪਊਗਾ ਜੇ ਪ੍ਰੂਫ ਕਰ ਦੇਵੇ ਪ੍ਰੋਪਰੀਟਰੀ ਤਾਂ ਇਕੱਲੇ ਡਰਾਈਵਰ ਤੇ ਪਊਗਾ ਇਹ ਸਾਨੂੰ ਇੰਨਾ ਪਤਾ ਹੀ ਹੈ ਹਨਾ ਤੇ ਆਹ ਥੱਲੇ ਵੀ ਲਿਖਿਆ ਹੈ ਦਾਨੀ ਦੀ ਲੀਏ ਵੀ ਐਂਤੀ ਦਾ ਥੋੜੀ ਕੁਆਂਟਿਟੀ ਦਾ ਵੀ ਘਰੀਟ ਵੀ ਸਾਨੂੰ ਪੇ ਕਰਨੀ ਪਊਗੀ ਇੱਕ ਇਹ ਗੱਲ ਹੈ ਜਦੋਂ ਅਸੀਂ ਆਪਣੀ ਗੱਡੀ ਨੂੰ ਰਿਪੇਅਰ ਤਾਂ ਕਰਾਈ ਸਕਦੇ ਹਾਂ ਉਹ ਤਾਂ ਕਰਾਉਣੀ ਪਊਗੀ ਸਾਨੂੰ ਗੱਡੀ ਰਿਪੇਅਰ ਜੇ ਅਸੀਂ ਨੁਕਸਾਨ ਕੀਤਾ ਕਿਸੇ ਦਾ ਆਪਣੀ ਗੱਡੀ ਰਿਪੇਅਰ ਕਰਵਾ ਲਓ ਤੇ ਇਹ ਆਉਂਦਾ ਪੋਫ ਆਰ ਜੀ ਪਰਾ ਰੇਲ ਪ੍ਰੋਪਰੀ ਆ ਤੇ ਆਪਣੀ ਗੱਡੀ ਰਿਪੇਅਰ ਕਰਾ ਲਓ ਅਗਲੇ ਨੇ ਤੁਸੀਂ ਪੈਸੇ ਦੇਤੇ ਉਹਦੇ ਠੀਕ ਹੈ ਪਰ ਜਿਹੜੀ ਇੱਕ ਹੁੰਦਾ ਅਸੀਂ ਇੱਕ ਆਹ ਪਹਿਲਾਂ ਤਾਂ ਪੜ ਲੈਣੇ ਦੋ ਵਹੀਕਲ ਹੀ ਹੋਣ ਨਾ ਜੇ ਦੋ ਗੱਡੀਆਂ ਆਪਸ ਹੋਣ ਤਾਂ ਤੁਸੀਂ ਇਹ ਬਾਅਦ ਚ ਗੱਲ ਕਰਦੇ ਹਾਂ ਫਿਰ ਅਸੀਂ ਬੀਮਾ ਕਰਾ ਲੈਂਦੇ ਹਾਂ ਕੰਪਨੀ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਇੰਪਰੇਜ਼ਾ 80x300 ਕਿੱਥੇ ਲਿਖਿਆ ਹੈ ਇੰਪਰੇਜ਼ਾ 80x300 ਇੱਥੇ ਲਿਖਿਆ ਹੁੰਦਾ ਸੀ ਉਹ ਕੰਪਨੀ ਜਿੱਥੋਂ ਆਪਾਂ ਬੀਮਾ ਕਰਾਉਣਾ ਹੈ ਬੀਮਾ ਕੰਪਨੀ ਤੋਂ ਆਪਾਂ ਅਸੀਂ ਬੀਮਾ ਕਰਾ ਲਿਆ ਹੈ ਨਾ ਉਹ ਸਾਨੂੰ ਕਿੰਨੇ ਪੈਸੇ ਦਊਗੇ ਜੇ ਐਕਸੀਡੈਂਟ ਕਰ ਦਿੰਦੇ ਹਾਂ ਜੇ ਐਕਸੀਡੈਂਟ ਕਰ ਦਿੰਦੇ ਤਾਂ ਅਗਲੀ ਫੋਟੋ 'ਚ ਹੈਗਾ ਉਦਾਂ ਇੰਪਰੇਜ਼ਾ 80x300 ਆ ਲਿਖਿਆ ਉਹ ਪੈਸੇ ਆਪਾਂ ਬੀਮਾ ਕਰਾ ਲੈਂਦੇ ਉੱਥੋਂ ਹੈ ਨਾ ਇਹ ਜ਼ਰੂਰੀ ਹੈ ਕਰਾਉਣਾ ਬੀਮਾ ਮੰਨ ਲਓ ਉੱਦਾਂ ਤਾਂ ਇਹ ਕਿੰਨਾ ਚਿੰਕੋਈ ਮਿਲੀਓਨ ਨਹੀਂ ਕਿ ਦੇਸ਼ੀ ਮਿਲੀਓਨ ਨਹੀਂ ਕਿੰਨਾ ਸੀਗਾ ਪਰ ਇਹਨੂੰ ਆਪਾਂ 10,000 ਪੜ੍ਹ ਕੇ ਚੱਲਦੇ ਜੇ 10,000 ਤੱਕ ਦਾ ਬੀਮਾ ਤਾਂ ਉਹ ਪੈਸੇ ਉਹਨਾਂ ਨੇ ਐਂਥਰੋ ਮਾਸੀ ਮਾਲੀ ਪੇ ਕਰਨਾ ਬੀਮਾ ਕੰਪਨੀ ਨੇ ਅਸੀਂ ਕਰਾ ਲਿਆ 500 ਦਾ ਨੁਕਸਾਨ ਹੈ ਤਾਂ 500 ਉਹਨਾਂ ਨੇ ਭਰ ਦੇਣਾ ਪਰ ਐਂਥਰੋ ਮਾਸੀ ਮਾਲੀ ਆ ਮੈਕਸੀਮਮ ਲਿਮਿਟ ਹੈ ਤਾਂ ਮਾਸੀ ਮਾਲੀ ਦਾ ਸਵਾਲ ਆਊਗਾ ਆਪਾਂ ਕਹਾਂਗੇ ਐਂਥਰੋ ਮਾਸੀ ਮਾਲੀ ਵਾਲਾ ਸਵਾਲ ਤਾਂ ਠੀਕ ਹੈ ਸੁਪਰੀਓਰੇ ਮਾਸੀ ਮਾਲੀ ਵਾਲਾ ਸਵਾਲ ਗਲਤ ਉੱਪਰੋਂ ਨਹੀਂ ਪੇ ਕਰਨੇ ਬਸ ਆਹ ਥੱਲੇ ਵਾਲਾ ਪੜ੍ਹ ਵੀ ਨਾ ਚਾਹੇ ਮੈਕਸੀਮਮ ਲਿਮਿਟ ਹੁੰਦੀ ਹੈ ਮਾਸੀ ਮਾਲੀ ਠੀਕ ਹੈ ਹੋਰ ਡਾਇਰੈਕਟ ਵੀ ਪੇ ਕਰ ਸਕਦੇ ਹਾਂ ਇਹਨੂੰ ਇੱਦਾਂ ਪੜ੍ਹ ਲਓ ਡਾਇਰੈਕਟ ਪੇ ਰਿਸਰਚੀਮੈਂਟ ਤੋਂ ਡਾਇਰੈਕਟ ਡਾਇਰੈਕਟ ਕਦੋਂ ਤੁਸੀਂ ਲਾਈਟ ਬੰਨੀ ਅਗਲੇ ਨੂੰ ਮਤਲਬ ਸਿਰਫ ਸਮਾਨ ਦਾ ਨੁਕਸਾਨ ਹੋਇਆ ਹੋਵੇ ਜ਼ਿਆਦਾ ਨੁਕਸਾਨ ਨਾ ਹੋਵੇ ਥੋੜ੍ਹਾ ਬਹੁਤ ਨੁਕਸਾਨ ਨਾ ਡਾਇਰੈਕਟ ਪੇ ਕਰ ਸਕਦੇ ਹਾਂ ਦਾਨੀਅਲ ਵਹੀਕਲ ਜਾਂ ਥੋੜ੍ਹੀ ਮਾਤਰਾ ਦਾ ਹੋਵੇ ਪਰ ਸਿਰਫ ਦੋ ਗੱਡੀਆਂ ਤੁਸੀਂ ਆਪਸ 'ਚ ਡਾਇਰੈਕਟ ਪੇ ਕਰ ਸਕਦੇ ਹਾਂ ਤਾਂ ਡਾਇਰੈਕਟ ਪੇ ਕਰਨਾ ਕਿੰਨੇ ਲਾਈਟ ਦੇ ਕਿੰਨੇ ਪੈਸੇ ਆ ਤਾਂ ਤੁਸੀਂ ਕੌਂਸੂਲੈਂਟ ਤੇ ਜਿਹੜਾ ਹੁੰਦਾ ਕੰਸਲਟੈਂਟ ਉਹਦੀ ਸਲਾਹ ਲੈ ਸਕਦੇ ਇਹ ਸਾਰੇ ਸਵਾਲ ਇੱਦਾਂ ਆ ਜਾਂਦੇ ਹੈ ਨਾ ਮੋਟਰਸਾਈਕਲ ਦਾ ਕੋਈ ਗੱਲ ਮੋਟਰਸਾਈਕਲ ਵੀ ਡਾਇਰੈਕਟ ਪੇ ਕਰ ਸਕਦਾ ਇੱਦਾਂ ਹੋ ਗਿਆ ਤੇ ਪਿਛਲੀ ਫੋਟੋ 'ਚ ਹੋਰ ਕੀ ਦੇਖ ਲਈਏ ਆਪਾਂ ਇਹ ਤਾਂ ਕੁਛ ਨਹੀਂ ਇਹਦੇ ਵਿੱਚ ਆਪਣੀ ਗੱਡੀ ਨੂੰ ਰਿਪੇਅਰ ਕਰਾ ਸਕਦੇ ਹਾਂ ਦੋ ਗੱਡੀਆਂ ਫਿਰ ਪੈਨਾਲੇ ਅੱਛਾ ਇਹ 'ਚ ਸਿਵਲ 'ਚੋਂ ਬਾਹਰ ਕਿੱਦਾਂ ਹੋ ਸਕਦੇ ਆਪਾਂ ਤਾਂ ਇਹ 'ਚ ਆਪਣੇ ਸਿਵਲ 'ਚੋਂ ਕਹਿੰਦਾ ਐਸਕਲੂਜ਼ੋ ਹੋ ਜਾਂਦੇ ਐਸਕਲੂਜ਼ੋ ਐਸਕਲੂਜ਼ੋ ਵਾਲਾ ਗਲਤ ਹੈ ਹਾਂ ਗਲਤ ਇੱਕੋ ਹੀ ਆ ਵੀ ਲਿਬਰੋ ਵੀ ਹੋ ਜਾਂਦੇ ਆ ਲਿਬਰੋ ਤੇ ਐਸਕਲੂਜ਼ੋ ਤਾਂ ਇੱਕੋ ਗੱਲ ਆ ਬਾਹਰ ਹੋਣਾ ਤਾਂ ਸਿਵਲ 'ਚ ਆਪਾਂ ਲਿਬਰੋ ਹੋ ਸਕਦੇ ਹਾਂ ਕਿੱਦਾਂ ਲਿਬਰੋ ਹੋਵਾਂਗੇ ਅਸੀਂ ਪੈਸੇ ਦਿੱਤੇ ਅਗਲੇ ਨੂੰ ਤੇ ਗੱਲ ਖਤਮ ਹੋ ਗਈ ਲਿਬਰੋ ਹੋ ਗਏ ਹੈ ਨਾ ਇੱਦਾਂ ਸਵਾਲ ਠੀਕ ਹੈ ਪਰ ਪੈਨਾਲੇ ਕੀ ਹੈ ਪੈਨਾਲੇ 'ਚ ਇਕੱਲੇ ਡਰਾਈਵਰ ਦੀ ਜ਼ਿੰਮੇਵਾਰੀ ਹੈ ਨਾ ਇਹ ਤਾਂ ਪਤਾ ਹੀ ਆ ਡਰਾਈਵਰ ਦੀ ਇਕੱਲੇ ਦੀ ਜ਼ਿੰਮੇਵਾਰੀ ਹੈ ਜੇ ਤੁਸੀਂ ਪੈਨਾਲੇ ਜ਼ਿਆਦਾ ਤਕੜਾ ਐਕਸੀਡੈਂਟ ਕਰਤਾ ਇਹ ਵੀ ਪੈਦਾ ਕਦੋਂ ਹੁੰਦਾ 3 'ਚ ਕੇਸ ਹੋਊਗਾ 3 'ਚ ਹੀ ਤੁਸੀਂ ਕੇਸ ਤੋਂ ਬਾਹਰ ਹੁੰਦੇ ਲੈਕਸੀਓਨੀ ਗਰਾਵੀ ਜ਼ਿਆਦਾ ਸੱਟਾ ਵੱਜਣ ਤਾਂ ਵੀ ਕੇਸ ਹੋ ਜਾਊਗਾ ਉਮੀ ਚੀਜ਼ ਕੋਲਪੋਜ਼ੋ
ਮਰਡਰ ਹੋ ਗਿਆ, ਮਤਲਬ ਵਰਡ ਯਾਦ ਰੱਖੋ, ਹੋਮਿਸਾਈਡ ਦੇ ਕੰਪੋਜ਼ ਇਹ ਵੀ ਵੇਰੋ ਹੈ, ਮਰਡਰ ਕੀਤਾ ਤੁਸੀਂ ਤਾਂ ਵੀ ਪੈ ਕੇਸ ਹੋ ਗਿਆ, ਕੋਈ ਛੇ ਪੈਨਾਲੇ ਤੋੜਿਆ ਜੇ, ਸੰਵਿਧਾਨ ਤੋੜਿਆ ਜਿਹੜਾ ਉਹ ਤਾਂ ਵੀ ਤੁਹਾਨੂੰ ਕੇਸ ਹੋ ਜਾਊਗਾ। ਇੱਥੇ ਉਹ ਕੋਈ ਛੇ ਸਤਰਾਦਾਲੇ ਤੋੜਦੇ ਆ, ਰੋਡ ਦੇ ਕਾਨੂੰਨ ਤੋੜਦੇ ਆ, ਕੇਸ ਹੋ ਜਾਊਗਾ? ਨਹੀਂ, ਰੋਡ ਦੇ ਕਾਨੂੰਨ ਨਹੀਂ, ਕੋਈ ਛੇ ਪੈਨਾਲੇ ਧਿਆਨ ਰੱਖਣਾ। ਤਿੰਨ ਚ ਤਾਂ ਸੁਰਜਿਆ ਹੋਇਆ, ਬਾਕੀ ਫਾਲਤੂ ਗੱਲਾਂ। ਬਾਹਰ ਕਦੋਂ ਕੇਸ ਚ ਹੋ ਜਾਊਗੇ? ਮੰਨ ਲਓ ਤੁਹਾਨੂੰ ਲੱਗਿਆ ਵੀ ਐਕਸੀਡੈਂਟ ਹੋ ਗਿਆ, ਕੇਸ ਵਾਲੇ ਆ ਗਏ, ਪਰ ਉਹਨਾਂ ਕਹਿਣਾ ਨਹੀਂ ਕੇਸ ਨਹੀਂ ਕਰਨਾ, ਕੇਸ ਨਹੀਂ ਹੋਊਗਾ, ਜਦੋਂ ਰਿਆਤੋ ਨਹੀਂ ਹੈ, ਕ੍ਰਾਈਮ ਨਹੀਂ ਹੈ। ਉਹਨਾਂ ਨੂੰ ਲੱਗਿਆ ਵੀ ਕ੍ਰਾਈਮ ਨਹੀਂ ਕੀਤਾ, ਟਾਇਰ ਫਟ ਗਿਆ ਇਸ ਕਰਕੇ ਐਕਸੀਡੈਂਟ ਹੋ ਗਿਆ, ਕ੍ਰਾਈਮ ਨਹੀਂ ਹੈ, ਰਿਆਤੋ ਵਾਲਾ ਸਵਾਲ ਆ ਗਿਆ, ਉਹ ਵੀ ਠੀਕ ਹੈ। ਫੋਰਸਾਂ ਮਜੋਰੇ, ਕੁਦਰਤੀ ਕਹਿਰ ਹੋਇਆ, ਜਿੱਦਾਂ ਕਹਿੰਦੀ ਪੁਲ ਟੁੱਟ ਗਿਆ ਚਲਦੇ ਚਲਦੇ, ਇੱਦਾਂ ਕੋਈ ਨੁਕਸਾਨ ਹੋ ਜਾਂਦਾ ਹੈ, ਜਾਂ ਭੂਕੰਪ ਆ ਗਿਆ ਉਹਦੇ ਕਰਕੇ ਉਹ ਵੀ ਬਾਹਰ ਹੋ ਜਾਂਦੇ ਆ, ਜਾਂ ਸਿਰਫ ਸਮਾਨ ਨੂੰ ਨੁਕਸਾਨ ਹੋਵੇ। ਇਹ 'ਚ ਤੁਸੀਂ ਦੇਖਿਆ ਉਹਨਾਂ ਨੇ ਵੀ ਐਕਸੀਡੈਂਟ ਤਾਂ ਤਕੜਾ ਹੋਇਆ ਸੀ, ਪਰ ਇਕੱਲੇ ਸਮਾਨ ਨੂੰ ਨੁਕਸਾਨ ਹੋਇਆ, ਕੇਸ 'ਚੋਂ ਐਕਸਕਲੂਜ਼ਿਵ ਹੋ ਗਏ, ਤਾਂ ਤਿੰਨ ਹੀ ਵਿੱਚ ਵੜਨ ਦੇ, ਤਿੰਨ ਹੀ ਬਾਹਰ ਨਿਕਲਦੇ, ਬਸ ਠੀਕ ਹੈ, ਇੰਨਾ ਕੁ ਗੱਲ ਹੈ। ਬਾਕੀ ਇਹ ਤਿੰਨੋਂ ਜਿਹੜੀਆਂ ਹੈਗੀਆਂ, ਰਿਸਪੋਂਸਾਬਿਲਤਾ ਸਿਵਿਲ, ਰਿਸਪੋਂਸਾਬਿਲਤਾ ਪੈਨਾਲੇ ਤੇ ਰਿਸਪੋਂਸਾਬਿਲਤਾ ਅਡਮਿਨਿਸਟ੍ਰੇਟਿਵ ਆ, ਜਿਹਨੂੰ ਆਪਾਂ ਅੱਧਾ ਬੋਲ ਲੈਂਦੇ ਹਾਂ। ਸਿਵਲ 'ਚ ਆਪਾਂ ਸਿਰਫ ਲੈਟ ਭੰਨੀ ਹੈ, ਪੈਸੇ ਦਿੱਤੇ, ਗੱਲ ਖਤਮ। ਪੈਨਾਲੇ 'ਚ ਹੁਣ ਕੇਸ ਵੀ ਹੋ ਗਿਆ, ਪੈਸੇ ਤਾਂ ਦੇਣੇ ਪਊਗੇ, ਪਰ ਤੁਹਾਨੂੰ ਜਿਹੜਾ ਤੁਸੀਂ ਜ਼ਿਆਦਾ ਨੁਕਸਾਨ ਕੀਤਾ ਉਹ ਕੇਸ ਲੜਨਾ ਪਊਗਾ ਹੁਣ, ਹੈ ਨਾ? ਇਹ ਗੌਰਮੈਂਟ ਨਾਲ ਕੇਸ ਲੜਨਾ ਪਊਗਾ ਪੈਨਾਲੇ, ਇਹ ਤਾਂ ਜ਼ਿਆਦਾ ਖਤਰਨਾਕ। ਤੁਹਾਨੂੰ ਇਹ ਅਲੱਗ ਹੈ, ਅਮਨਿਸਟ੍ਰੇਟਿਵ ਮਤਲਬ ਜੁਰਮਾਨੇ ਜਿੱਦਾਂ ਹੋ ਗਏ, ਜੁਰਮਾਨੇ ਅਲੱਗ ਭਰਨੇ ਪਊਗੇ। ਤਾਂ ਤਿੰਨੋਂ ਇੰਡੀਪੈਂਡੈਂਟ, ਤਿੰਨਾਂ ਦਾ ਸਵਾਲ ਇੱਕ ਆਉਂਦਾ ਵੀ ਤਿੰਨੋਂ ਇੰਡੀਪੈਂਡੈਂਟ ਹੈ ਜਾਂ ਸਿਵਲ ਉਹਨਾਂ ਤੋਂ ਡਿਪੈਂਡ ਨਹੀਂ ਕਰਦੀ, ਤਾਂ ਸਵਾਲ ਉਹ ਠੀਕ ਹੈ। ਅੱਛਾ, ਇਹ ਤਾਂ ਹੋ ਗਿਆ ਬਾਹਰ ਨਿਕਲਣਾ ਅਤੇ ਵਿੱਚ ਵੜਨਾ, ਬਾਕੀ ਰਿਲੇਟਡ ਜੁਰਮਾਨੇ ਸਾਨੂੰ ਭਰਨੇ ਪਊਗੇ। ਕੰਪਨੀ ਨਹੀਂ ਭਰੂਗੀ, ਉਹ ਕਹੂਗਾ ਕੰਪਨੀ ਭਰੂਗੀ, ਇੰਪ੍ਰੇਜ਼ਾ ਸਿਕਿਉਰਿਟੀ ਸ਼ੇਅਰ ਭਰੂਗੀ, ਨਹੀਂ ਸਾਨੂੰ ਹੀ ਭਰਨੇ ਪਊਗੇ। ਪਲੱਸ ਸਸਪੈਂਡ ਵੀ ਹੋ ਸਕਦਾ, ਰਿਵੋਕਾ ਵੀ ਹੋ ਸਕਦਾ, ਪਤਾ ਹੈ ਨਾ ਸਵਾਲ ਇੱਦਾਂ ਆਉਂਦਾ, ਹੋ ਸਕਦਾ, ਹੋ ਸਕਦਾ, ਰਿਵੀਜ਼ਨ ਚ ਵੀ ਭੇਜ ਸਕਦੇ ਲਾਇਸੈਂਸ ਨੂੰ, ਸਾਰਾ ਕੁਝ ਹੋ ਸਕਦਾ। ਤੇ ਪਰ ਅਰੈਸਟ ਹਮੇਸ਼ਾ ਕਰੂਗੇ, ਹਮੇਸ਼ਾ ਅਰੈਸਟ ਨਹੀਂ ਕਰੂਗੇ। ਇੰਨੀਆਂ ਗੱਲਾਂ ਹੋ ਗਈਆਂ, ਹੋਰ ਵੀ ਦੇਖ ਲੈਂਦੇ ਹਾਂ। ਮਾਸੀ ਮਾਲੀ ਦਾ ਸਵਾਲ ਜਿਹੜਾ ਆਉਂਦਾ, ਆਪਾਂ ਕਹਿੰਦੇ ਹਾਂ ਐਂਥਰੋ ਮਾਸੀ ਮਾਲੀ ਪੈਸੇ ਮਿਲਦੇ ਸਾਨੂੰ, ਕੌਣ ਦਿੰਦੀ ਆ? ਕੰਪਨੀ, ਅੰਪਰੇਜ਼ਾ, ਅਸਿਕੁਰਾਤੇਸ਼ੇ, ਐਂਥਰੋ ਮਾਸੀ ਮਾਲੀ, ਇੱਦਾਂ ਵਰਡ ਹੋ ਗਿਆ। ਤੇ ਉਹ ਜੇ ਕਹਿੰਦਾ ਹਰ ਸਾਲ ਉਨੀ ਆਨੋ ਜਾਂ ਫੀਨੇ ਦਾ ਲਾਨੋ ਤੁਹਾਨੂੰ ਮਿਲ, ਨਹੀਂ, ਜਿੱਦਾਂ ਐਕਸੀਡੈਂਟ ਕਰੂੰਗੇ ਉਦੋਂ ਉਹਨਾਂ ਨੇ ਤੁਹਾਨੂੰ ਉਨੇ ਕੁ ਪੈਸੇ ਦੇ ਦੇਣੇ ਆ, ਪਰ ਐਂਥਰੋ ਲਾਸਟ ਸਾਲ ਐਂਡ ਦੇ ਸਾਲ ਦੇ ਐਂਡ ਚ, ਉਹ ਸਾਰੇ ਸਵਾਲ ਗਲਤ ਹੈਗੇ ਆ। ਇਹ ਕੀ ਹੈ, ਬਸ ਤੁਹਾਨੂੰ ਪਤਾ ਲੱਗ ਗਿਆ, ਟੋਟਲ ਪੈਸੇ ਜਿਹੜੀ ਕੰਪਨੀ ਦਊਗੀ ਐਕਸੀਡੈਂਟ ਦੇ ਹਾਲਾਤ 'ਚ, ਮੈਕਸੀਮਮ ਪੈਸੇ ਇੰਨੀ ਦਊਗੀ। ਮੈਕਸੀਮਲੀ ਮਤਲਬ ਮੈਕਸੀਮਮ ਪੈਸੇ, ਇੱਦਾਂ ਵਰਡ ਆਉਂਦਾ ਰਹੂਗਾ, ਠੀਕ ਹੈ, ਮੈਕਸੀਮਮ ਲਿਮਿਟ ਹੈ। ਡਾਇਰੈਕਟ ਦਾ ਵੀ ਹੋ ਗਿਆ, ਇਸ ਤੋਂ ਇਲਾਵਾ ਆ ਗਿਆ ਸਵਾਲ ਬੋਨਸ ਮਾਲਸ ਦਾ ਆਉਂਦਾ, ਇਹ ਸਾਨੂੰ ਪਤਾ ਇਹ ਕਿੱਥੇ ਡਿਪੈਂਡ ਕਰਦਾ, ਬੋਨਸ ਮਾਲਸ ਫਾਇਦਾ ਤੇ ਨੁਕਸਾਨ ਐਕਸੀਡੈਂਟ ਤੇ ਡਿਪੈਂਡ ਕਰਦਾ ਹੈ, ਇਹ ਡਿਪੈਂਡ ਸਵਾਲ ਇਹੀ ਆਊਗਾ, ਐਕਸੀਡੈਂਟ ਤੇ ਡਿਪੈਂਡ ਕਰਦਾ ਹੈ। ਤੇ ਬਸ ਬਦਲਾਅ ਆਉਂਦਾ ਰਹਿੰਦਾ ਹਰ ਸਾਲ, ਜਿਹੜੀ ਪ੍ਰੀਮੀਅਮ ਕਿਸ਼ਤ ਆਉਂਦੀ ਹੈ ਉਹਦੇ ਵਿੱਚ ਬਦਲਾਅ ਆਉਂਦਾ। ਜੇ ਇਸ ਸਾਲ ਕੋਈ ਐਕਸੀਡੈਂਟ ਨਹੀਂ ਕੀਤਾ ਤੇ ਇਸ ਸਾਲ ਜੇ 800 ਭਰਿਆ ਤਾਂ ਅਗਲੇ ਸਾਲ ਤੁਸੀਂ 700 ਹੀ ਭਰੋਗੇ, ਫਿਰ ਐਕਸੀਡੈਂਟ ਨਹੀਂ ਕੀਤਾ ਤਾਂ ਤੁਸੀਂ ਹੋਰ ਅਗਲੇ ਘੱਟ ਜੂਗਾ, ਫਾਇਦਾ ਮਿਲ ਜਾਂਦਾ ਸਾਨੂੰ, ਪਰ ਜੇ ਐਕਸੀਡੈਂਟ ਕਰੀ ਜਾਂਦੇ ਤਾਂ 800 ਤੋਂ 900 ਵੀ ਹੋ ਸਕਦੀ ਹੈ, ਤਾਂ ਡਿਪੈਂਡ ਕਰਦਾ। ਇੱਦਾਂ ਸਵਾਲ ਆ ਜੂਗਾ। ਇੱਕ ਸਵਾਲ ਆਉਂਦਾ ਫੰਡ, ਉਹਦੀ ਗਰੰਸੀ ਆ ਦਾ, ਜਿਹਨੂੰ ਆਪਾਂ ਕਹਿੰਦੇ ਫੰਡ ਰੱਖਿਆ ਗੌਰਮੈਂਟ ਨੇ, ਗਰੰਟਡ ਮਿਲਣਾ ਹੀ ਮਿਲਣਾ ਹੈ ਫੰਡ, ਹੈ ਨਾ? ਤੇ ਇਹਦੇ ਦੋ ਕੀ ਸਵਾਲ ਹੈਗੇ ਜਿਹੜੇ ਵੇਰੂ ਹੈ, ਜਾਂ ਤੱਕ ਇਹਨਾਂ ਨੂੰ ਮਿਲਦਾ ਨੋਨ ਕੋਪੈਰਟੀ ਦੀ ਸਿਕਿਉਰਿਟੀ ਉਹਨੇ, ਜਾਂ ਨੋਨ ਆਈਡੈਂਟੀ ਵੀ ਕਰਤੀ, ਜਿੱਦਾਂ ਆਪਾਂ ਕਹਿੰਦੇ ਸਾਈਕਲ ਵਾਲੇ ਨੂੰ, ਉਹਨਾਂ ਨੇ ਕਵਰ ਤਾਂ ਨਹੀਂ ਕੀਤਾ, ਬੀਮਾ ਕਰਾਇਆ ਨਹੀਂ, ਸਾਈਕਲ ਵਾਲਾ ਬੀਮਾ ਨਹੀਂ ਕਰਾਉਂਦਾ, ਪਰ ਉਹਨਾਂ ਨੂੰ ਜੇ ਕੋਈ ਮਾਰ ਕੇ ਚਲ ਗਿਆ ਤਾਂ ਉਹਨਾਂ ਨੂੰ ਵੀ ਫੰਡ ਮਿਲ ਜਾਣਾ। ਨੋਨ ਆਈਡੈਂਟੀਫਾਈ ਕਰਤੀ, ਤੁਹਾਡੀ ਗੱਡੀ ਨੂੰ ਕੋਈ ਮਾਰ ਕੇ ਭੰਨ ਕੇ ਚਲਾ ਗਿਆ, ਪਤਾ ਹੈ ਨਹੀਂ, ਆਈਡੈਂਟੀਫਾਈ ਹੁੰਦਾ ਨਹੀਂ ਪਿਆ ਕੌਣ ਸੀਗਾ, ਤਾਂ ਵੀ ਇੱਕ ਗੌਰਮੈਂਟ ਨੇ ਫੰਡ ਰੱਖਿਆ ਹੋਇਆ, ਤਾਂ ਨੋਨ ਆਈਡੈਂਟੀਫਾਈ ਕਰਤੀ, ਨੋਨ ਕੁਬੈਰਤੀ ਇਹਨਾਂ ਨੂੰ ਹੈ। ਹਰ ਸਾਲ ਇੱਕ ਵਰਡ ਆਉਂਦਾ ਰਹਿੰਦਾ ਵਿਤਾਲੀਸੀਓ, ਹਰ ਸਾਲ, ਹਰ ਸਾਲ, ਨਹੀਂ ਇਹ ਹਰ ਸਵਾਲ, ਇਹ ਸਾਰੇ ਗਲਤ ਹੈ। ਇੱਕ ਪੋਲਿਸੀ ਇਹ ਤਾਂ ਦੇਖੋ ਫੋਨ ਦੀ ਗਰੰਸੀ ਤਾਂ ਗੌਰਮੈਂਟ ਨੇ ਰੱਖਿਆ, ਇਹ ਤਾਂ ਮਰਜ਼ੀ ਦੀ ਗੱਲ ਹੀ ਨਹੀਂ ਕੋਈ, ਹੈ ਨਾ? ਮਰਜ਼ੀ ਵਾਲਾ ਆ ਹੈ ਕਾਸਕੋ, ਪੋਲਿਸੇ ਕਾਸਕੋ, ਆ ਸਪੈਲਿੰਗ ਲੱਗੀ ਹੋਈ ਹੈ, ਇਹ ਮਰਜ਼ੀ ਦੇ ਹੈ, ਤਾਂ ਇਹਨੂੰ ਇਹ ਸਵਾਲ ਇਹ ਆਉਂਦਾ ਨੋਨ ਹੈ ਓਬਲੀਗਾਟੋਰੀ। ਪੋਲਿਸੀ ਕਾਸਕੋ ਕਿਹੜੀ ਹੁੰਦੀ? ਅੱਗ ਤੇ ਚੋਰੀ ਤੋਂ, ਜਦੋਂ ਤੁਸੀਂ ਬੀਮਾ ਕਰਾਉਣ ਜਾਂਦੇ ਹੋ ਤਾਂ ਉਹ ਪੁੱਛਦੇ ਆ ਵੀ ਤੁਸੀਂ ਅੱਗ ਚੋਰੀ, ਪੁੱਛਦੇ ਵੀ ਨਹੀਂ ਤੁਸੀਂ ਕਹਦੇ ਮੈਂ ਅੱਗ ਤੇ ਚੋਰੀ ਵਾਲੀ ਵੀ ਕਰਾਉਣੀ ਹੈ, ਤਾਂ 20-30 ਰੁਪਏ ਹੋਰ ਐਡ ਕਰ ਲੈਂਦੇ ਆ, ਤੇ ਮਰਜ਼ੀ ਹੈ, ਨੋਨ ਹੈ ਓਬਲੀਗਾਟੋਰੀ। ਇਹ ਕੱਤ ਹੁੰਦੇ ਇੰਚੈਂਦੀਓ ਤੇ ਫੂਟੋ ਤੋਂ। ਇਸ ਸਵਾਲ ਇੱਕ ਆਉਂਦਾ ਹੈ, ਉਹਦੀ ਕੀਮਤ ਜਿੰਨੀ ਅੱਗ ਲੱਗ ਗਈ, ਤੁਹਾਨੂੰ ਤੁਸੀਂ ਪਤਾ ਵੀ ਮੇਰੀ 2003 ਮਾਡਲ ਗੱਡੀ ਸੀਗੀ, ਅੱਗ ਲੱਗ ਗਈ ਸੀਗੀ, ਤੇ ਉਹਨਾਂ ਨੇ ਕਿੰਨੇ ਪੈਸੇ ਦੇਣੇ ਆ ਉਸ ਟਾਈਮ ਤੇ, ਜਿਹੜੀ ਉਹਦੀ ਕੀਮਤ ਸੀ, ਸਵਾਲ ਇੱਦਾਂ ਆਉਂਦਾ, ਉਹ ਪੈਸੇ ਉਸ ਤੋਂ ਜ਼ਿਆਦਾ ਨਹੀਂ ਹੋ ਸਕਦੇ। ਜੇ ਉਹਨਾਂ ਨੇ ਕੀਮਤ ਕੱਢਣੀ ਆ ਵੀ 2000 ਕੀਮਤ ਬਣਦੀ ਹੈ ਇਹਦੀ, ਇਸ ਮਾਡਲ ਦੀ, ਜਾਂ 500 ਬਣਦੀ ਹੈ, 700 ਬਣਦੀ ਹੈ, ਉਸ ਕੀਮਤ ਤੋਂ ਜ਼ਿਆਦਾ ਨਹੀਂ ਹੋ ਸਕਦਾ, ਸਵਾਲ ਇੱਕ ਆਉਂਦਾ ਜਦੋਂ ਅੱਗ ਲੱਗੀ ਸੀਗੀ, ਉਹ ਸਵਾਲ ਠੀਕ ਹੈ। ਤੇ ਇੱਕ ਸਵਾਲ ਆਉਂਦਾ ਇਹਦੇ ਵਿੱਚ, ਉਹ ਇਹ ਮਰਜ਼ੀ, ਜੇ ਮਰਜ਼ੀ ਨਾਲ ਅੱਗ ਲਾਈ ਹੈ, ਇੰਟੈਂਸ਼ਨਲ ਲਾਈ ਹੈ,
फिर थोड़ी पैसे देने उन्होंने, जे ऑटोमैटिक लग गई है मतलब बाई चांस लग गई फिर पैसे देने। पर उन्हें सवाल उल्टा पाया होगा, कहिंदा जिहड़े मर्जी नाल गलाने फिर पैसे दिंदे है इंटेंशनल, ते पर जिहड़े अपने आप लग जाए फिर नहीं पैसे दिंदे। इस सवाल उल्टा पाया होया तां गलत है, शायद अपने उच आ जाए। तो बाकी आपां इहदे सकैदा करके देख लैंदे हां जिहड़ियां गल्लां कोई आउगियां। तो 36वां 37वां चैप्टर है, तो इच्चों आपां देखिए सिमुलेशन दी एग्जाम विच गए आर्गूमेंट दी सिलेक्शन आती पहला सेरा क्लीयर किया। चलो जी यह है 23वां 24वां चैप्टर, नहीं 23वें चैप्टर च पहला डब्बा दूसरा डब्बा दोनों नूं आपां एक्टिवेट करदा सिमुलेशन दी एग्जाम में नोवास कहदा। चलो जी असिक्रेशन कुछ सवाल थोड़े जो आओगे आप पढ़ लें। असिक्रेशन ओबलीगातोरिया कोपरे करता कवर करता दानी सूबीती सोलो दी ट्रांसपोर्टी सुई टैक्सी बीमा कवर करता सिर्फ टैक्सी आले नो, तो यह सवाल गलत है। ठीक है आप कहने ये सवारियां भी कवर करता है तिरसी ट्रांसपोर्टी भी कवर करता है जो सवारियां बैठिया उन्होंने भी कवर करता है। सवाल आंदा ना सिर्फ सिर्फ नहीं कवर करता है बीमा उन्होंने भी। ठीक है जी पहला सवाल फालसो सिर्फ करके गलत हो गया। फोन दो गरंसिया के सानू एको वर्ड याद आना चाहिए की आना चाहिए नॉन आइडेंटिफिकाती ते दूसरा नॉन कोपैरती दी सिक्रेशन फंड उन्होंने वास्ते रखे हुआ गवर्नमेंट ने नॉन कोपैरती दी सिक्रेशन ते नॉन आइडेंटिफिकाती। नॉन आइडेंटिफिकाता गया वेरो ते ओ भी ये दो वर्ड याद रहो कई याद इधर रखते हैं प्रेवेदे आजे नाल है ना फोन दो गरंसिया के नाल प्रेवेदे आजे तां भी वेरो है जिदा याद रहा आप तो इदा याद करते हैं दो जने तो इदा याद रख लो बाकी वह भी अपना तरीका अलग तो हो सकता है। तो नॉन आइडेंटिफिकाती वाले तो दूसरा कहड़ा नॉन कोपैरती दी सिक्रेशन उन्होंने मिलता है यानी कि सैकल वाले तो कोई लाइट रात को गड्डी भन के चला गया फिर सानू कुछ ना कुछ मिलेगा फोन दो गरंसिया फंड ग्रंटड मिलना है। ठीक है वह कहूगा ओबलीगातोरी नहीं कोई ओबलीगातोरी नहीं है ये तक फंड ओबलीगातोरी होगी फंड मिलना है। चलो जी फोन दो गरंसिया तो इस सवाल कि पढ़ना आप चलो सवाल पढ़ते हैं की अचीवलमेंट ओबलीगातोरी सर्च दानी प्रभुवाती दाले पो इन अल्टरनेटिवा की इधर ही कर सकता है किधर ही मतलब मंग सकता है प्रोपरिया पतेंते अपना पतेंते दी गविदा सिया अरे वो काता जेड़ा खत्म हो गया जेड़ा खो लिया उन्होंने वो मंग सकता है बाकी सवाल समझने की लोड़ नहीं मंग सकता अपना पतेंते जेड़ा खो हो गया नहीं जेड़ा पक्का गया वो नहीं मिलना मुड़ के इथों याद कर लो सवाल ये मंग सकता गलत सिक्रेशन पे इसमें शब्द लिया तो आर जी ए मतलब बीमा जेड़ा गड्डी का बीमा कराया ओबलीगातोरी पे लेजे सही गल है कंपरेंदे शामिल करता है रिसर्ची मेहनत दी दानी भरपाई नुकसान दी पे करना नुकसान प्रोवोकाती दल वी कोलो गड्डी चो जेड़ा नुकसान होया लास्ट देखो कहंदा पुरके गविदा तो दल प्रोपरिटारियो हां पुरके मतलब पर जे गविदा तो कीता है मालिक ने एदां दी कोई नहीं कोई भी चलांदा होवे चाहे सवाल हमेशा गलत रहना है जे गविदा कीता मालिक ने एदां दी कोई गल नहीं कोई भी चलांदा होवे ਇਹ ਸਵਾਲ ਯਾਦ ਰੱਖੋ ਇੱਥੋਂ ਲਾਸਟ ਚ ਗਲਤ ਹੈ ਥੋੜਾ ਜਿਹਾ ਸ਼ਾਰਟਕਟ ਇੱਦਾਂ ਯਾਦ ਰੱਖਣਾ ਆਪਣੇ ਆਪਣੇ ਹੁਣ ਮੈਂ ਚਲ ਪੜ੍ਹ ਲੈਂਦੇ ਹਾਂ ਸਿਕਰੋਸੀਓਨੇ ਪੇ ਰਿਸਪੋਨਸੀਬਿਲਟੀ ਅਚੀਵ ਲਿਆ ਤੋਂ ਬੀਮਾ ਕੋਪਰੇ ਕਰਦਾ ਹੈ ਸੋਲੋ ਇਦਾਨੀ ਅਰਿਕਾਤੀ ਆਲੇ ਪਰਸੋਨੇ ਸਿਰਫ ਜਿਹੜੇ ਬੰਦਿਆਂ ਨੂੰ ਨੁਕਸਾਨ ਹੋਇਆ ਅਰਿਕਾਤੀ ਪੈਦਾ ਹੋਇਆ ਬੰਦਿਆਂ ਨੂੰ ਸਿਰਫ ਬੰਦਿਆਂ ਆਪਾਂ ਕਹਿੰਦੇ ਤਿੰਨਾਂ ਨੂੰ ਨੁਕਸਾਨ ਸਮਾਨ ਬੰਦੇ ਤੇ ਜਾਨਵਰ ਇਹ ਕਹਿੰਦਾ ਬੀਮਾ ਕਵਰ ਕਰਦਾ ਸਿਰਫ ਬੰਦਿਆਂ ਨੂੰ ਫਿਰ ਕੇ ਦਾਨੀ ਵਾਲੇ ਕੋਜੇ ਕੋਰੇ ਅਲਟਰੋ ਟੀਪੋ ਦੀ ਕੰਤਰਾਤੋ ਹੋਰ ਚਾਹੀਦਾ ਨਹੀਂ ਫਾਲਸੋ ਸਵਾਲ ਸਮਝ ਗਿਆ ਨਾ ਸੋਲੋ ਪਰਸੋਨੇ ਤੋਂ ਗਲਤ ਹੋ ਗਿਆ ਹਾਂ ਇੱਕ ਵੀ ਆਪਣਾ ਬ੍ਰੈਕਟ ਦੇ ਨਾਲ ਕੋਪਰੇ ਆ ਜੇ ਤਾਂ ਫਾਲਸੋ ਹੈ ਪਤਾ ਨਹੀਂ ਮੈਨੂੰ ਤਾਂ ਆਪ ਨਹੀਂ ਧਿਆਨ ਹੈਗਾ ਜੇ ਤੁਹਾਨੂੰ ਕੋਈ ਤਰੀਕਾ ਯਾਦ ਲੱਗਦਾ ਤਾਂ ਠੀਕ ਹੈ ਕਿਉਂਕਿ ਜਿਹੜਾ ਲਗਾਤਾਰ ਲੱਗਿਆ ਤਿੰਨ ਤਿੰਨ ਚਾਰ ਚਾਰ ਵਾਰ ਹੋਵੇ ਫਿਰ ਯਾਦ ਰਹੂਗਾ ਮੈਂ ਤਾਂ ਇੱਥੋਂ ਯਾਦ ਰੱਖੂੰਗਾ ਸੋਲੋ ਪਰਸੋਨੇ ਤੁਸੀਂ ਆਪਣਾ ਹਿਸਾਬ ਦੇਖ ਲਓ ਠੀਕ ਹੈ ਜੀ ਕੀ ਅਚੀਵਮੈਂਟ ਤੇ ਓਬਲੀਗਾਤੋਰੀ ਰਿਸਰਚ ਦਾਨੀ ਪ੍ਰਭੂਕਾਤੀ ਦਾਨ ਸਨਿਸ਼ਟਰ ਸਤਦਾਲੇ ਦੇਖੋ ਸਿਵਲ ਦੀ ਗੱਲ ਚੱਲ ਰਹੀ ਹੈ ਓਬਲੀਗੋ ਹੈ ਹੁਣ ਕੰਮ ਕੀ ਕਹਿੰਦਾ ਸੀ ਲਿਬਰਾ ਲਿਬਰੋ ਹੋ ਜਾਂਦੇ ਆ ਆਪਾਂ ਕਹਿੰਦੇ ਸਿਵਲ ਚੋਂ ਲਿਬਰੋ ਤਾਂ ਹੋ ਸਕਦੇ ਆ ਐਕਸਕਲੂਜ਼ੋ ਨਹੀਂ ਹੁੰਦੇ ਪੈਨਾਲੇ ਚੋਂ ਅਸੀਂ ਐਕਸਕਲੂਜ਼ੋ ਹੁੰਦੇ ਆ ਪੈਨਾਲੇ ਚੋਂ ਐਕਸਕਲੂਜ਼ੋ ਹੁੰਦੇ ਆਪਾਂ ਤਿੰਨ ਬੜੇ ਹੋਏ ਆ ਕੇਸ ਚੋਂ ਬਾਹਰ ਹੋ ਜਾਂਦੇ ਸਿਵਲ ਚੋਂ ਆਪਾਂ ਐਕਸਕਲੂਜ਼ੋ ਨਹੀਂ ਹੁੰਦੇ ਲਿਬਰੋ ਹੋ ਜਾਂਦੇ ਆ ਪਰ ਇਹ ਕੀ ਕਹਿੰਦਾ ਲਿਬਰਾ ਦਾ ਓਨੀ ਫੋਰਮ ਲਿਬਰੋ ਵਰਡ ਆਉਂਦਾ ਉਹ ਚ ਓਨੀ ਫੋਰਮਾ ਦੀ ਰਿਸਪੋਂਸੀਬਿਲਟੀ ਪੈਨਾਲੇ ਕੇਸ ਚੋਂ ਵੀ ਲਿਬਰੋ ਹੋ ਜਾਂਦੇ ਜਿਹੜਾ ਸਿਵਲ ਚ ਹੈ ਉਹ ਕੇਸ ਚੋਂ ਵੀ ਬਾਹਰ ਹੋ ਗਿਆ ਪਗਾਂਦੋ ਕਰਕੇ ਅਮੋਨਤਾਰੇ ਦਲਦਾਨ ਨੂੰ ਮਤਲਬ ਜਿਹਦਾ ਜ਼ਿਆਦਾ ਪੈਸੇ ਕਰਕੇ ਪੇ
नहीं इदां दी कोई गल नहीं, पनाले थानू अलग लड़ना पैना, पैसे अलग देने पैने, तो गलत है ना। लिबरा दा यूनीफॉर्मा पनाले नहीं, तेनों अलग अलग है। कौन सिक्रोसियोने पर रिस्पोंसिबिलिटी चिवले आउ तो, मतलब बीमा जो गड्डी दा एसका दूता खत्म हो गया, एक्सपायर हो गया, तो गड्डी चला नहीं सकते ना सोचता कर सकते। तो सी पो उतिलिजारे इल वीकोलो, गड्डी यूज कर सकते हैं, इतने सवाल गलत हो गया, नहीं यूज कर सकते। दगम सिर्फ इटली दे विच नहीं यूज कर सकते हैं, इन्ना ही पढ़ो, नहीं कर सकते जे बीमा खत्म है। कहिंदा कुछ दिन चला सकते जे तुसीं आप पे कर दो, इदां कुछ दिन नहीं, बिल्कुल नहीं चला सकते। इत्थे कहना नहीं चला सकते, इदां कह सकदा सी। इत्थे तक आ गया बीमा कोपरे करदा है ओनी दानो काउजा तो अंके से सुपरियोरियल मासीमाले, जे मैक्सीमाली तो उपर है। आपां कहिंदे ने एंथ्रो मासीमाली चाहिदा है, ओहदे अंदर अंदर ही दे पैसे उहनां ने, सुपरियोरे मासी माली उस तो उपर थोड़ी पैसे देने उन्होंने, तो यह सवाल गलत है। तो उदा आर्ची ए ब्रैकट के कोपरे आज फिर फालस है, तो इतों याद आप इधर रख लें मासी माले तो उपर पैसे नहीं किसी ने देने, वह तो आप ही भरने पैने। सुपरियोरे मासी माली वाले सवाल गलत है, एंथ्रो मासी माली वाले वेरो है। अच्छा हूँ आ गया रिस्पोंसिबिलिटी पेनाली केस, केस चो या तो आप एक होगा वर्ड सोरजे केस च जावे कदों, एक है एक्सकलूसिव केस चो बहर कदों होवे, तो बहर के अपने तीन है कि रियातो वाला, एक रियातो ना हो क्राइम ना हो फोरसा मजोरे, तीसरा सोले कोज है। हाँ फोरसा मजोरे कुदरती कहर, ये फोरसा मजोरे कितने होर भी सवाल आया होया, उत्थे भी वेरो ही है, इत्थे भी वेरो है ना, कितने होर भी पता नहीं कहे चैप्टर से फोरसा मजोरे करके, तो उत्थे भी वेरो सी। जदों जिहड़ा फातो कम होया डिपेंड करता है किस कारण, कुदरती कहर करके हो गया तो तुसी केस चो बाहर हो गए, तो सानू तीनों याद आ गया रियातो फोरसा मजोरे ते सोले कोजे। फिर उही रिस्पोंसिबिलिटी पेनाले एसकलूजा बाहर हो जाने, तीन वर्ड याद किए असी फोरसा मजोरे रियातो ते सोले कोजे, ये की कहिंदा तिना च कोई गल नहीं कही उन्हें। केस चो बाहर हो जाएंगे जदों इंटरवेंगा इंटरफेयर करती है इंप्रेजा दी सिक्योरिटीओने, यानी कि कंपनी बीमे वाली जड़ी पे कर दे अधि गुआता मैंने सही तरीके नाल दिने जाते उन्हों पे करते पैसे, तो तुसी केस चो बाहर नहीं होगे, सिर्फ सिविल चो ही बाहर होया, केस तो अलग लड़ना पेगा। तो तिना चो वर्ड नहीं आया तो सवाल आप फालसो करते, तीन वर्ड आप एक्सक्लूजन याद किए हुए। फिर हूँ पेनाले रिस्पोंसिबल सोरजे कदों होंगे, सोरजे होने के भी तीन है किड़े किड़े है, दानी ज्यादा, हाँ दानी ज्यादा हो, ओहो ते होर की होवे ओमी चीदियो कुलपोजो ते कोदी शे पेनाले, है ना, तिना दे नाल इह पैदा हुंदा, तिना दे नाल इह बाहर हुंदा। ते इच की गया ना सवाल, सोरजे पैदा हुंदा लेत्सियोनी ग्रावी, ज्यादा सट्टा, हाँ ज्यादा सट्टा नाल केस सोरजे मतलब हो जांदा केस। ते दूसरा सीगा ओमी चीदियो कुलपोजो कतल, तीसरा सीगा उदिशे पेनाले तोड़ दें संविधान तोड़ दें, ठीक है। चलो नैला पोलिसा सिक्योरिटीवा कंट्रोल रिस्कियो दी फूर तो इंच आंदी है, अग ते चोरी वाला जड़ा जड़ा नॉन ओबलीगेटोरी होंदा, जरूरी नहीं होंदा। कहंदा रिसर्चीमेंट तो दबू तो नॉन पो एसरे सुपरियोरे, बद नहीं हो सकती वलोरे कीमत के भी कोलो विवाल मोमेंटो, जड़ा गड्डी रख दी उस टाइम ते जदों रोबातो या प्रेजो फोको है, तो सवाल थोड़ा याद आ गया ना, उसकी कीमत उस तो बद नहीं हो सकती। ये नहीं असं कहेंगे कि सर मेरी गड्डी अग लग गई है तो मैं दौ 5000 रुपया दे दूंगे, उन्होंने देखना भी गड्डी तेरी 2000 मॉडल सी, तुम्हें दे दूंगा 500 रुपया बद तो बद, है ना, उस तो कीमत ज्यादा नहीं हो सकती। वर्ड में जिदा मर्जी याद रख लो, कीमत ज्यादा नहीं हो सकती अग लगी तो, बिल्कुल वो अपने कट लेंगे वो कीमत किन्नी सी उस टाइम। तो यह सवाल वेरो है, नॉन पोएसरी सुपरियर कीमत ज्यादा नहीं उस तो हो सकती वेरो, नहीं तो हर कोई पुरानी गड्डी अग ला दूगा कीमत ज्यादा ले लूगा, है ना, इदा नहीं हो सकता। जदों उ आर सी ए कोपरे जो इदा याद रहा है ब्रैकट के कोपरे आ जाए तो सवाल की होंगे फालस होंगे, फालस होंगे है ना, इदा भी याद कर लो पढ़ भी लें। कवर करता है बीमा सोलो ला रिस्पोंसिबिलिटी दल कंडूशन, सिर्फ ड्राइवर की जिम्मेवारी करता है। आप कहने बीमे च दोनों की जिम्मेवारी होंगे है ना, सिविल दे विच ड्राइवर दी ते मालिक दोनों दी, जे मालिक प्रूव कर दे फिर ड्राइवर दी है। कोपरे सोलो ला रिस्पोंसिबिलिटी दिल कंडीशन ते मैं नॉन कोयला दिल प्रोप्रिएटरी हो, तां इस वाल फालसो इदां भी हैगा ते उदां भी जिदां मर्जी कर लो, कन्फ्यूज ना हो जाओ। तो बाकी चलो फोंदो दी गरंसिया नाल सानू
ਹੁਣ ਮੈਨੂੰ ਉਹ ਵੀ ਆਉਂਦਾ ਪ੍ਰੇਵੇ ਦੇ ਨਾਲ ਆਊਗਾ ਤਾਂ ਵੇਰੋ ਹੈ, ਪਰ ਚਲੋ ਆਪਾਂ ਜੀ ਦੋ ਵਰਡ ਯਾਦ ਰੱਖਦੇ ਹਾਂ, ਨੋਨ ਆਇਡੈਂਟੀਫਿਕਾਤੋ ਨੋਨ ਕੋਪੈਰਤੀ ਦੀ ਸਿਕਰੇ ਸੋਨੇ, ਸਾਈਕਲ ਜਾਂ ਰਾਤ ਨੂੰ ਭੰਨ ਕੇ ਚਲ ਗਿਆ, ਉਹੀ ਦੋ ਸਵਾਲ ਵੇਰੋ ਹੈ। ਇਹ ਕਹਿੰਦਾ ਉਹਨਾਂ ਕਨਵੈਨਸ਼ਨ ਨੇ ਫਕੋਲਤਾ ਤੀਵ ਮਰਜ਼ੀ ਦਾ, ਮਰਜ਼ੀ ਮੁਰਜ਼ੀ ਦਾ ਕੀ ਫੰਡ ਹੈ ਤਾਂ ਇਹ ਰੱਖਿਆ ਹੋਇਆ ਵਿੱਚ ਮਰਜ਼ੀ ਕੀ ਚੱਲਣੀ ਹੈ, ਤਾਂ ਫੁੰਦ ਦੀ ਗਰੰਸੀਆ ਦੇ ਨਾਲ ਦੋ ਸਵਾਲ ਉਹ ਵੇਰੋ ਹੈ। ਤਾਂ ਇਹ ਪ੍ਰੋਚੈਦੂਰਾ ਦੀ ਰਿਸਰਚੀ ਮੈਂਤੋ ਦੀ ਰੈਤੋ, ਪ੍ਰੋਸੀਜਰ ਡਾਇਰੈਕਟ ਪੇ ਕਰਨ ਦਾ, ਆਪਾਂ ਕਹਿੰਦੇ ਲੈਟ ਪੰਨੀ ਪੈਸੇ ਦਿਓ, ਪਰ ਸਿਰਫ ਦੋ ਗੱਡੀਆਂ ਹੋਣੀ ਚਾਹੀਦੀਆਂ, ਆਪਾਂ ਇਹ ਪੜ੍ਹਿਆ ਨਾ, ਥੋੜ੍ਹਾ ਨੁਕਸਾਨ ਹੋਵੇ ਦੋ ਗੱਡੀਆਂ ਨਾਲ ਆਪਸ 'ਚ ਸੈਟਿੰਗ ਕਰ ਸਕਦਾ, ਕੌਂਸੂਲੈਂਤੇ ਦੀ ਸਲਾਹ ਲੈ ਸਕਦਾ। ਇਹ ਕਹਿੰਦਾ ਪ੍ਰੋਸੀਜਰ ਡਾਇਰੈਕਟ ਪੇ ਕਰਨਾ ਨੋਨ ਐਪਲੀਕਾਬਿਲੇ ਸੇ ਸੋਨੋ ਪਿਓ ਦੀ ਦੂਏ ਵੀ ਕੋਲੀ ਕੋਇਨ ਬੋਲਤੀ ਸ਼ਾਮਲ ਹੈ। ਸਹੀ ਗੱਲ ਹੈ, ਦੋ ਗੱਡੀਆਂ ਤਿੰਨ ਗੱਡੀਆਂ ਨਹੀਂ ਆਪਸ 'ਚ ਸੈਟਿੰਗ ਕਰ ਸਕਦੇ, ਦੋ ਗੱਡੀਆਂ ਕਰ ਸਕਦੀਆਂ, ਅਤੇ ਜੇ ਜ਼ਿਆਦਾ ਗੱਡੀਆਂ ਫਿਰ ਅਪਲਾਈ ਨਹੀਂ ਹੁੰਦਾ। ਇਹ ਠੀਕ ਹੈ ਗੱਲ ਵੇਰੋ, ਪਰ ਮੋਟਰਸਾਈਕਲ ਹੋਵੇ, ਮੋਟਰਸਾਈਕਲ ਹੋਵੇ ਤਾਂ ਵੀ ਪੇ ਕਰ ਸਕਦੇ, ਮੋਟਰਸਾਈਕਲ ਦੀ ਕੋਈ ਚੱਕਰ ਨਹੀਂ ਗਾ, ਗੱਡੀਆਂ ਨਾ ਜ਼ਿਆਦਾ ਹੋਣ, ਤਾਂ ਇਹ ਠੀਕ ਹੈ। ਇੱਕ ਆਹ ਸਵਾਲ ਲੈਂਦਾ, ਦੋਪੋ ਲਾ ਫਿਰਮਾ ਦਿਲ ਕੰਤਰਾਤੋ ਦੀ ਸਿਕਵਸ਼ਨ ਨੇ, ਬੀਮਾ ਕਰਾਉਣ ਗਏ, ਸਾਈਨ ਤਾਂ ਕਰਾਉਣਾ ਹੀ ਉਹਨਾਂ ਨੇ, ਸਾਈਨ ਕਰਾ ਲਿਆ, ਸਾਨੂੰ ਕੀ ਦੇਣਾ ਉਹਨਾਂ ਨੇ, ਆਪਾਂ ਨੂੰ ਸਿਰਫ ਉਹਨਾਂ ਨੇ ਉਹ ਕੀ ਕਹਿੰਦੇ ਹੁੰਦੇ ਉਹਦਾ ਬੀਮੇ ਵਾਲੇ ਪੋਲਿਸੀ ਦੇ ਦੇਣੀ ਆ, ਬੀਮੇ ਵਾਲਾ ਫਾਰਮ ਦੇ ਦੇਣਾ ਹੈ ਨਾ, ਜਿਹੜਾ ਕੀ ਹੁੰਦਾ, ਸਿਰਫ ਉਹੀ ਦੇਣਾ, ਬਾਕੀ ਆਪਾਂ ਮੰਨ ਕੇ ਚੱਲਣਾ ਕੁਛ ਨਹੀਂ ਦੇਣਾ ਸਾਨੂੰ। ਇਹ ਕੀ ਕਹਿੰਦਾ, ਇੰਪਰੇਜ਼ਾ ਸਿਕੁਰਤਰੀਸ਼ੇ ਬੀਮਾ ਕੰਪਨੀ ਦੇਵੇ ਰੀਲ ਅਸ਼ਾਰੇ ਇਸ਼ੂ ਕਰੂਗੀ ਕਲੀਅੰਤੇ ਨੂੰ ਉਹਨਾਂ ਇਲੈਂਕੋ ਲਿਸਟ ਦੀ ਆਤੋ ਕਾਰੋ ਸੇਰੀਏ ਕਨਵੈਨਸ਼ਨ ਆਤੇ, ਜਿੱਥੇ ਗੱਡੀ ਠੀਕ ਕਰਨੀ ਹੈ, ਕੁੰਤਾ ਤਾਰਿਨ ਕਾਲ, ਇਹ ਕੁਛ ਨਹੀਂ ਦੇਣਾ। ਕਈ ਵਾਰ ਕੁਛ ਕਹਿੰਦਾ ਲਿਬਰਿਤੋ ਦੇ ਦਿੰਦੇ ਆਪਾਂ ਉਹਨਾਂ ਦੀ ਹੋਸਪਿਟਲਾਂ ਦੀ, ਜੇ ਉਹ ਕੁਛ ਨਹੀਂ ਦੇਣਾ ਉਹਨਾਂ ਨੇ, ਸਿਰਫ ਦੇਣਾ ਜਿਹੜਾ ਬੀਮੇ ਵਾਲਾ ਕਾਗਜ਼ ਕੀ ਕਹਿੰਦੇ ਉਹਨੂੰ, ਤਾਂ ਉਹ ਤਾਂ ਹੈ ਨਹੀਂ ਹੈਗਾ, ਤਾਂ ਇਹ ਹੋ ਗਿਆ ਫਾਲਸ। ਚਰਤੀਫਿਕਾਤੋ ਦੀ ਸਿਕਰੋਸੀ ਉਹਨੇ ਹੈ ਨਾ, ਉਹ ਦੇਣਾ ਆਪਾਂ, ਉਹਦਾ ਤਾਂ ਪੋਲਿਸੀ ਪੂਰੀ ਦੇਣੀ ਹੈ, ਪਰ ਸਵਾਲ ਚਰਤੀਫਿਕਾਤੋ ਦੀ ਸਿਕਰੋਸੀ ਆਉਂਦੇ ਆ, ਉਹ ਗੱਡੀ 'ਚ ਰੱਖਣਾ ਵੀ ਜ਼ਰੂਰੀ ਹੈ। ਤਾਂ ਇਹ ਹੋ ਗਿਆ ਮਾਸੀ ਮਾਲੀ, ਇੱਕ ਸਵਾਲ ਤਾਂ ਇਹਦਾ ਐਂਤਰੋ ਮਾਸੀ ਮਾਲੀ ਪੈਸੇ ਦੇਣੇ ਆ, ਤੇ ਹੁੰਦੇ ਕੀ ਹੈ ਇੰਪੋਰਤੀ ਮਾਸੀਮੀ, ਮਾਸੀ ਮਾਲੀ ਦਾ ਮਤਲਬ ਇੰਪੋਰਤੀ ਮਾਸੀਮੀ ਮੈਕਸੀਮਮ ਪੈਸੇ, ਸਿੱਧੀ ਗੱਲ ਹੈ ਨਾ, ਦੋਨੋਂ ਵਰਡ ਠੀਕ ਹੈ। ਮਾਸੀ ਮਾਲੀ ਕੀ ਹੈ, ਇੰਪੋਰਤੀ ਮਾਸੀਮੀ ਮੈਕਸੀਮਮ ਪੈਸੇ, ਇੰਪੋਰਤੋ ਕੀ ਹੁੰਦਾ ਪੈਸੇ, ਮੈਕਸੀਮਮ ਪੈਸੇ ਜਿਹੜੀ ਕੰਪਨੀ ਦਊਗੀ ਇਨ ਕਾਜ਼ੋ ਦੀ ਇੰਚੀ ਦੇਣ ਤੇ। ਤਾਂ ਇੱਕ ਤਾਂ ਸਵਾਲ ਇਹ ਠੀਕ ਹੋ ਗਿਆ, ਐਂਤਰੋ ਮਾਸੀ ਮਾਲੀ ਇਹ ਵੀ ਠੀਕ ਹੈ, ਬਾਕੀ ਹਰ ਹਾਂ ਸੁਪਰੀਓਰੇ ਕਹਦੇ ਉਹ ਵੀ ਗਲਤ ਹੈ, ਉਸ ਤੋਂ ਉੱਪਰ ਨਹੀਂ ਦੇਣੇ ਉਹਨਾਂ ਨੇ, ਤੇ ਹਰ ਸਾਲ ਕੋਈ ਸਭ ਗਲਤ ਹੈ। ਮਾਸੀ ਮਾਲੀ ਮੈਕਸੀਮਮ ਪੈਸੇ ਹੁੰਦੇ ਆ, ਠੀਕ ਹੈ, ਮਤਲਬ ਜਿੰਨੇ ਮੈਕਸੀਮਮ ਨਹੀਂ ਦੇਣੇ ਉਹਨਾਂ ਨੇ, ਉਸ ਤੋਂ ਵੱਧ ਨਹੀਂ ਦੇਣੇ, ਤਾਂ ਇਹ ਵੀ ਠੀਕ ਹੈ। ਪਰ ਕਦੋਂ, ਇਨ ਕਾਜ਼ੋ ਦੀ ਇੰਚੀ ਦੇਣ ਤੇ, ਜੇ ਐਕਸੀਡੈਂਟ ਸਾਰਾ ਸਾਲ ਕੀਤਾ ਨਹੀਂ ਕੁਛ ਨਹੀਂ ਦੇਣਾ, ਸਹੀ ਹੈ, ਵਧੀਆ ਗੱਲ ਹੈ, ਪਰ ਅਗਲੇ ਸਾਲ ਸਾਡੀ ਉਹ ਬੀਮਾ ਘੱਟ ਜਾਊਗਾ, ਤਾਂ ਇੱਦਾਂ ਯਾਦ ਰੱਖ ਲਿਓ ਵੀਰੋ। ਰਿਸਪੋਂਸਾਬਿਲਤਾ ਪੈਨਾਲੀ ਕੇਸ ਚੋ ਬਾਹਰ ਕਦੋਂ ਹੋਵਾਂਗੇ, ਐਕਸਕਲੂਜ਼, ਆਪਾਂ ਨੂੰ ਪਤਾ ਇੱਕ ਵਾਰ ਵਿੱਚ ਜਾਂਦੇ ਹਾਂ, ਤਿੰਨਾਂ ਦੇ ਨਾਲ ਬਾਹਰ ਨਿਕਲਦੇ ਹਾਂ, ਬਾਹਰ ਕਦੋਂ ਨਿਕਲਦੇ ਹਾਂ, ਜਾਂ ਤਾਂ ਹੁੰਦਾ ਪਹਿਲਾਂ ਕੀ ਸੀ, ਫੋਰਸਾ ਮਜੋਰ ਰੇ, ਕੁਦਰਤੀ ਕਹਿਰ, ਰਿਆਤੋ ਨਾ ਹੋਵੇ ਤੇ ਸੋਲੇ ਕੋਜ਼ੇ, ਹੈ ਨਾ, ਬਾਅਦ ਚ ਉਹਦਾ ਸਕਰੀਨਸ਼ੋਟ ਲੈ ਲਿਆ, ਜੇ ਲਾਸਟ ਫੋਟੋ ਦਾ ਲੈਣਾ ਹੋਇਆ, ਤਾਂ ਕਹਿੰਦਾ ਕਲੇਸ਼ ਚੋਂ ਬਾਹਰ ਹੋ ਜਾਂਦੇ ਜਦੋਂ ਉਹ ਤਿੰਨੋਂ ਤਾਂ ਲਿਖੇ ਨੇ ਉਹਨਾਂ ਨੇ, ਜਦੋਂ ਪ੍ਰਸਤਾਤੋ ਸੁਕੋਰਸ ਵਾਲਾ ਵਿਕਤੀਮਾ, ਜਦੋਂ ਹੈਲਪ ਦਿੱਤੀ ਹੈ ਵਿਕਟਮ ਨੂੰ, ਉਹ ਤਾਂ ਦੇਣੀ ਜ਼ਰੂਰੀ ਹੈ, ਇਹ ਥੋੜ੍ਹੀ ਹੈ ਵੀ ਹੈਲਪ ਦਿੱਤੀ ਤਾਂ ਤੁਸੀਂ ਕੇਸ ਚੋਂ ਬਾਹਰ ਹੋ ਜਾਓਗੇ, ਇਹ ਸਵਾਲ ਗਲਤ ਹੈ, ਤਿੰਨ ਵਾਰ ਉਹ ਯਾਦ ਰੱਖਣਾ। ਮਾਸੀ ਮਾਲੀ ਜਿਹੜੇ ਹੈ, ਮਾਸੀ ਮਾਲੀ ਤਾਂ ਠੀਕ ਹੈ, ਸਾਨੂੰ ਜਾਂ ਤਾਂ ਪਤਾ ਉਹ ਇੰਪੋਰਤੀ ਮਾਸੀਮੀ ਮੈਕਸੀਮਮ ਪੈਸੇ ਉਹ ਠੀਕ ਸੀਗਾ, ਜਾਂ ਆਪਾਂ ਕਹਿੰਦੇ ਐਂਤਰੋ ਮਾਸੀ ਮਾਲੀ ਉਹ ਠੀਕ ਸੀਗਾ। ਇਹ 'ਚ ਦੇਖੋ ਓਨੀ ਆਨੋ ਕਹਿੰਦਾ ਹਰ ਸਾਲ ਕੁਛ ਨਹੀਂ, ਇਹਦਾ ਮਤਲਬ ਹਰ ਸਾਲ ਦਾ ਨਹੀਂ, ਜਦੋਂ ਐਕਸੀਡੈਂਟ ਹੋਣਾ ਉਦੋਂ ਉਹਨਾਂ ਨੇ ਪੈਸੇ ਦੇਣੇ ਆ ਉਹਦੇ ਅੰਦਰ ਅੰਦਰ, ਤਾਂ ਹਰ ਸਾਲ ਫੀਨੇ ਦਲਾ ਅੰਨੋ ਉਹ ਗਲਤ ਹੈ, ਸਾਰੀ ਗੱਲਾਂ ਇੱਦਾਂ ਵੀ ਯਾਦ ਰਹਿ ਜੂਗਾ ਨਾ। ਇਹ ਕਹਿੰਦਾ ਪੈਸੇ ਦਾ ਟੋਟਲ ਹੈ ਜਿਹੜੀ ਕੰਪਨੀ ਰਿਸਕ ਉਹਤੇ ਲਊਗੀ, ਆਪਾਂ ਇਹ ਵੀ ਯਾਦ ਕਰਦੇ, ਰਿਸਕ ਉਹਤੇ ਕਰੂ ਲੈ ਲਊਗੀ ਜਾਂ ਰੈਸਕਿਊ ਕੀਤੀ ਵਾਪਸ ਦੇ ਦੂਗੀ, ਨਾ ਲੈਣੇ ਨਾ ਵਾਪਸ ਦੇਣੇ, ਹਰ ਸਾਲ ਫੀਨੇ ਦਲਾ ਅੰਨੋ ਸਭ ਗਲਤ ਹੈ, ਤਾਂ ਤੁਹਾਨੂੰ ਯਾਦ ਆ ਜਾਣਾ ਇਹ ਗੱਲ, ਤਾਂ ਹਰ ਸਾਲ ਤੋਂ ਗਲਤ ਕਰ ਦਿਓ, ਯਾਰ ਰਿਸਕ ਉਹ ਤੇ ਲੈ ਲੈਂਦੀ ਹੈ, ਲੈਣੇ ਥੋੜੀ ਦੇਣੇ ਆ ਉਹਨਾਂ ਨੇ, ਤੇ ਇੱਥੋਂ ਫਾਲਸ ਕਰ ਦੋ। ਕੁਆਂਦੋ ਸਿਕਰੋਸੀ ਉਹਨੇ ਫਿਰ ਰਿਸਪੋਂਸਾ ਇਸ ਕਦੂ, ਤਾਂ ਬੀਮਾ ਖਤਮ ਹੋ ਗਿਆ ਤਾਂ ਕੀ ਹੈ, ਨਹੀਂ ਚਲਾ ਸਕਦੇ, ਬਸ ਚਲਾ ਨਹੀਂ ਸਕਦੇ, ਸੋਚਤਾ ਵੀ ਨਹੀਂ ਕਰ ਸਕਦੇ। ਇਹ ਕੀ ਕਹਿੰਦਾ, ਸੀ ਪੋ ਕੰਟੀਨਿਊ ਆ ਰਹੇ ਉਜਾਰੇ, ਕੰਟੀਨਿਊ ਨਹੀਂ, ਬਸ ਇੰਨਾ ਯਾਦ ਰੱਖੋ, ਕੰਟੀਨਿਊ ਚਲਾ ਸਕਦੇ ਹਾਂ, ਗਲਤ ਅੱਗੇ ਪੜ੍ਹਨ ਦੀ ਲੋੜ ਹੀ ਨਹੀਂ। ਸਿਕਰੋਸੀ ਉਹਨੇ ਫਿਰ ਰਿਸਪੋਂਸਾਬਿਲਟੀ ਚਲੋ ਆਰਚੀ ਬੀਮਾ ਇਹ ਓਬਲੀਗਾਟੋਰੀ ਹੋ ਪਿਰ ਲੇ, ਜੀ ਹਾਂ ਓਬਲੀਗਾਟੋਰੀ ਹੋ, ਠੀਕ ਹੈ, ਅੱਗੇ ਚਲੋ। ਰਿਸਪੋਂਸਾਬਿਲਤਾ ਸਿਵਿਲ ਦੇ ਨਾਲ ਤੁਹਾਨੂੰ ਮਤਲਬ ਲੈਟ ਭੰਨੀ ਯਾਦ ਆਉਣੀ ਚਾਹੀਦੀ ਹੈ, ਐਸਕਲੂਜ਼ਾ ਤੁਹਾਨੂੰ ਜੇ ਯਾਦ ਆਉਂਦਾ, ਪੈਨਾਲੇ 'ਚ ਆਪਾਂ ਐਸਕਲੂਜ਼ਾ ਵੀ ਪੜ੍ਹਿਆ, ਪੈਨਾਲੇ 'ਚ ਆਪਾਂ ਸੋਲਜੂ ਵੀ ਪੜ੍ਹਿਆ, ਸਿਵਿਲ 'ਚ ਐਸਕਲੂਜ਼ ਵਾਲਾ ਉਹਦੀ ਫਾਲਸੂ ਕਰ ਦਿਓ, ਪਹਿਲੀ ਗੱਲ ਤਾਂ। ਇਹ ਅਸੀਂ ਲਿਬਰੋ ਹੁੰਦੇ, ਫਰੀ ਹੁੰਦੇ ਹਾਂ ਜਦੋਂ ਅਸੀਂ ਪੇ ਕਰ ਦੇਵਾਂਗੇ, ਸਵਾਲ ਇੱਕ ਹੈਗਾ, ਸਿਵਿਲ 'ਚੋਂ ਲਿਬਰੋ ਕਦੋਂ ਹੋਵਾਂਗੇ, ਅਸੀਂ ਪੈਸੇ ਦਿੱਤੇ ਤੇ
ਬਾਹਰ ਹੋ ਗਏ ਲਿਬਰੋ ਉਹ ਚ ਲਿਬਰੋ ਵਰਡ ਆਉਂਦਾ ਬਾਕੀ ਪੜ੍ਹ ਲੈਂਦੇ ਹਾਂ ਕਿ ਇਸ ਚੋਂ ਬਾਹਰ ਕਦੋਂ ਹੋਵਾਂਗੇ ਕਹਿੰਦਾ ਫਿਰ ਦਾਨੀ ਦੀ ਲੀਏ ਵੇ ਅੰਤਿਤਾ ਥੋੜੀ ਮਾਤਰਾ ਦਾ ਨੁਕਸਾਨ ਹੈ ਬਾਹਰ ਹੋ ਗਏ ਨਹੀਂ ਉਹ ਵੀ ਤਾਂ ਪੇ ਕਰਨਾ ਪਊਗਾ ਹੈਨਾ ਲੈਟ ਭੰਨੀ ਵੀ ਤਾਂ ਪੇ ਕਰਨੀ ਪਊਗੀ ਥੋੜਾ ਨੁਕਸਾਨ ਹੈ ਆਪਾਂ ਕਹੀਏ ਥੋੜਾ ਜਿਹਾ ਤਾਂ ਨੁਕਸਾਨ ਹੋਇਆ ਤੇਰਾ ਮਾੜਾ ਜਿਹਾ ਵੀ ਕੀਟ ਵੀ ਲੱਗ ਜੇ ਤਾਂ ਅਗਲਾ ਪੈਸੇ ਤੁਹਾਡੇ ਤੋਂ ਲਊਗਾ ਤੁਸੀਂ ਇਹ ਨਹੀਂ ਕਹਿ ਸਕਦੇ ਮਾੜਾ ਜਿਹਾ ਹੋਇਆ ਨਹੀਂ ਉਹਦੀ ਸਮਝ ਆ ਕੇ ਤੁਹਾਨੂੰ ਉਹ ਨਾ ਕਵੇ ਕੁਛ ਵੀ ਇਸ ਕਲੂਜ ਆਪਾਂ ਸਿਵਲ ਚ ਨਹੀਂ ਹੁੰਦੇ ਉਹਨਾਂ ਚ ਦੋਨਾਂ ਰਿਸਪੋਂਸੀਬਲ ਤਾਂ ਚੀਫ ਹੀ ਲੈ ਲੈਟ ਭੰਨੀ ਹੈ ਸਨਿਸਤਰੋ ਤਾਲੇ ਐ ਬਸਾਤਾ ਸੁਲ ਪ੍ਰਿੰਸੀਪੋ ਪ੍ਰਿੰਸੀਪੀਓ ਕਿ ਓਨੀ ਦਾਨੋ ਕਾਉਜ਼ਾਤੋ ਦੇਵੇ ਅਸਰੇ ਰਿਸਰਚੀਤੋ ਹਾਂ ਬਸ ਇਹ ਯਾਦ ਰਹਿੰਦਾ ਬਸਾਤਾ ਮਤਲਬ ਬੇਸਡ ਹੈ ਆਧਾਰਿਤ ਹੈ ਇਸ ਮੁੱਖ ਗੱਲ ਤੇ ਕਿ ਹਰ ਇੱਕ ਨੁਕਸਾਨ ਜਿਹੜਾ ਹੋਇਆ ਹੈ ਦੇਵੇ ਅਸਰੇ ਰਿਸਰਚੀਤੋ ਪੇ ਕਰਨਾ ਪਊਗਾ ਕ੍ਰੀਟ ਵੀ ਪੇ ਕਰਨੀ ਪਊਗੀ ਇਹ ਤਾਂ ਸਿੰਪਲ ਜੀ ਗੱਲ ਹੈ ਸਿਵਲ ਦਾ ਮਤਲਬ ਹੀ ਹੈ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਠੀਕ ਹੈ ਰਿਸਪੋਂਸੀਬਿਲ ਤਾਂ ਵਿਧਾਨੀ ਸਿਵਲ ਦੀ ਵੀਕਲ ਹੈ ਕਾਰੀ ਕੋ ਦਿਲ ਕੋ ਕਾਰੀ ਕੋ ਹੈ ਨਾ ਕਾਰੀ ਕੋ ਜਾਂ ਗਰਾਵਾਤ ਆ ਲੋਡ ਕਿੱਥੇ ਪਊਗਾ ਸਿਵਲ ਚ ਪੈਂਦਾ ਦੋਨਾਂ ਤੇ ਪਨਾਲੇ ਚ ਪੈਂਦਾ ਇਕੱਲੇ ਡਰਾਈਵਰ ਤੇ ਸਿਵਲ ਚੋਂ ਜੇ ਮਾਲਕ ਪ੍ਰੂਫ ਕਰਦੇ ਤਾਂ ਵੀ ਸਾਨੂੰ ਪਤਾ ਡਰਾਈਵਰ ਤੇ ਹੀ ਪੈਣਾ ਮਤਲਬ ਡਰਾਈਵਰ ਦੇ ਤਾਂ ਜ਼ਿਆਦਾ ਲੋਡ ਪੈਂਦਾ ਹੀ ਪੈਂਦਾ ਕਾਰੀ ਕੋ ਦਿਲ ਕੋਂਦੂਸ਼ਨ ਤੇ ਅਪਰੋਪ੍ਰੀਤਾਰੀ ਦੋਨਾਂ ਤੇ ਕਦੋਂ ਪੈਂਦਾ ਜੇ ਰਿਸਪੋਂਸੀਬਿਲ ਤਾਂ ਸਿਵਲ ਹੈ ਸਿਵਲ ਯਾਨੀ ਕਿ ਲੈਟ ਭੰਨੀ ਹੈ ਤਾਂ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਠੀਕ ਹੈ ਰਿਸਪੋਂਸੀਬਿਲਤਾ ਦਲਤ ਕੋਈ ਵੀਕਲ ਨੋਨ ਹੈ ਕਾਰੀ ਕੋ ਦਲ ਪ੍ਰੋਪਰੀਟਾਰੀਓ ਨੋਨ ਹੈ ਕਾਰੀ ਕੋ ਲੋਡ ਨਹੀਂ ਪਊਗਾ ਮਾਲਕ ਤੇ ਸੇ ਪ੍ਰੋਵਾ ਜੋ ਪ੍ਰੂਫ ਕਰ ਦੇਵੇ ਕਿ ਮੇਰੀ ਮਰਜ਼ੀ ਤੋਂ ਬਿਨਾਂ ਲੈ ਗਿਆ ਹੈ ਇਹ ਵੀ ਸਵਾਲ ਠੀਕ ਹੈ ਨਾ ਹਾਂ ਕਿ ਚਿਰਕੁਲ ਸਿਓਨੇ ਹੈ ਬੈਨੂਤਾ ਕੰਤਰੋ ਸੁਆ ਬਲੰਤ ਉਹਦੀ ਮਰਜ਼ੀ ਤੋਂ ਬਿਨਾਂ ਹੋਇਆ ਚੋਰੀ ਲੈ ਗਿਆ ਅਗਲਾ ਕਰਕੇ ਤਾਂ ਨੋਨ ਹੈ ਕਾਰੀ ਕੋ ਦਲ ਪ੍ਰੋਪਰੀਟਾਰੀਓ ਜੋ ਪ੍ਰੂਫ ਕਰ ਦੇਵੇ ਇਹ ਵੀ ਸਵਾਲ ਠੀਕ ਹੈ ਕੁਆਂਦੋ ਸਿਕਰੋ ਸਿਓਨੇ ਸਿਵਲੋ ਆ ਤੋ ਇਸ ਕਦੂਤਾ ਬੀਮਾ ਹੋ ਗਿਆ ਖਤਮ ਫਿਰ ਕੀ ਕਹਿੰਦਾ ਹੈ ਬੀਮਾ ਕਰਾਓ ਜਾਂ ਫਿਰ ਤੁਸੀਂ ਜਦ ਤੱਕ ਚਲਾ ਨਹੀਂ ਸਕਦੇ ਗੱਡੀ ਨੂੰ ਹਨਾ ਨਾ ਸੋਚਤਾ ਕਰ ਸਕਦੇ ਇਹ ਕੀ ਕਹਿੰਦਾ ਦੇਵੇ ਐਸਰੇ ਸੁੱਤੋ ਪੋਸਤੋ ਆ ਕੁਲਾਉਦੋ ਟੈਕਨੀਕੋ ਲੰਘਣਾ ਪਊਗਾ ਮਤਲਬ ਟੈਕਨੀਕਲ ਮਕੈਨਿਕ ਕੋ ਲੈ ਕੇ ਜਾਣਾ ਪਊਗਾ ਜਿਹੜਾ ਉਹਨੂੰ ਚੈੱਕ ਕਰੂਗਾ ਨਹੀਂ ਨਹੀਂ ਬੀਮਾ ਕਰਾਓ ਤੇ ਚਲਾਓ ਇਹ ਕੁਲਾਉਦੋ ਟੈਕਨੀਕੋ ਫਾਲਸੋ ਕਿਤੇ ਵੀ ਵਰਡ ਆਉਂਦਾ ਫਾਲਸੋ ਹੀ ਕੀ ਹੈ ਪੈਨਲ ਮੈਂਤੇ ਸ਼ਿਵਲ ਮੈਂਤੇ ਹੁਣ ਤੁਹਾਨੂੰ ਦੋਨੋਂ ਯਾਦ ਆ ਗਏ ਕੇਸ ਵੀ ਹੋ ਗਿਆ ਤੇ ਲੈਟ ਤਾਂ ਭੰਨੀ ਭੰਨੀ ਹੈ ਜ਼ਿਆਦਾ ਨੁਕਸਾਨ ਹੋ ਗਿਆ ਲੈਸੀਓਨੀ ਗਰਾਵੀ ਹੋ ਗਈਆਂ ਤੇ ਦੋਨੋਂ ਹੋ ਗਏ ਤਾਂ ਐ ਕੀ ਕਹਿੰਦਾ ਇਨ ਸਿਨਿਸਟਰ ਵਾਲੇ ਐ ਇਨ ਓਨੀ ਕਾਜ਼ੋ ਹਰ ਹਾਲਤ ਵਿੱਚ ਅਸੁਜਤਾ ਤੋਂ ਲੈ ਰਿਵੋਕਾ ਦਾ ਲਾ ਪਤੈਂਤੇ ਹਰ ਹਾਲ ਚ ਰਿਵੋਕਾ ਹੋਊਗਾ ਨਹੀਂ ਹਰ ਹਾਲ ਚ ਰਿਵੋਕਾ ਨਹੀਂ ਹੋ ਸਕਦਾ ਹੈ ਇਹ ਕਹਿ ਸਕਦੇ ਹਾਂ ਨਾ ਹਰ ਹਾਲਤ ਚ ਰਿਵੋਕਾ ਪੱਕਾ ਹੀ ਖੋਲੂਗੇ ਨਹੀਂ ਦੋਪੋਲਾ ਫਿਰਮਾ ਦਿਲ ਕੰਤਰਾਤੋ ਸਾਈਨ ਕਰਨ ਤੋਂ ਬਾਅਦ ਸਾਨੂੰ ਕੀ ਦੇਣਾ ਸਿਰਫ ਉਹਨਾਂ ਨੇ ਦੇਣਾ ਚਰਤੀ ਫਿਗਾਤੋ ਦੀ ਸਿਕਰਸੀਆ ਨੇ ਸਿਰਫ ਉਹ ਦੇਣਾ ਸਾਨੂੰ ਬਾਕੀ ਕਹਿੰਦਾ ਦੇਵੇ ਰੀ ਲਸ਼ਾਰੇ ਅਲ ਕਲੀਅੰਤੇ ਉਹਨੇ ਇਲੈਂਕੋ ਉਹੀ ਸਵਾਲ ਤਾਂ ਨਹੀਂ ਆ ਗਿਆ ਇਹ ਉਹੀ ਸਵਾਲ ਹੈ ਸ਼ਾਇਦ ਤੁਹਾਨੂੰ ਲਿਸਟ ਦਊਗੇ ਇਹਨਾਂ ਦੀ ਕੁਛ ਨਹੀਂ ਦੇਣਾ ਸਾਨੂੰ ਸੀ ਨਾ ਚਰਤੀ ਫਿਕਾਤੋ ਦੀ ਸਿਕਰਸੀਆ ਨੇ ਚਲੋ ਅਗਲਾ ਕੀ ਹੈ ਪੈਨਲ ਮੈਨ ਤੇ ਸ਼ਿਵਲ ਮੈਨ ਤੇ ਦੋਨਾਂ ਚ ਕੇਸ ਵੀ ਆ ਤੇ ਲੈਟ ਤਾਂ ਭੰਨੀ ਭੰਨੀ ਆ ਕੇਸ ਵੀ ਹੋ ਗਿਆ ਸੁਨਿਸਤਰ ਵਾਲੇ ਪੋ ਇਨ ਕੋਰੇ ਨੈਲਾ ਰਿਵੋਕਾ ਦੇ ਲਪਦੈਂਤੇ ਲੰਘਣਾ ਪੈ ਸਕਦਾ ਮਤਲਬ ਪੱਕਾ ਖੋ ਸਕਦੇ ਪਤੈਂਤੇ ਇਹ ਠੀਕ ਹੈ ਪੋ ਇਨ ਕੋਰੇ ਰਿਵੋਕਾ ਪੋ ਇਨ ਕੋਰੇ ਰਿਸੋਸਪੈਂਸੀਓ ਨੇ ਪੋ ਇਨ ਕੋਰੇ ਰਿਵੀਜ਼ੀਓ ਨੇ ਪਰ ਇਹ ਕਹਿੰਦਾ ਓਨੀ ਕਾਜ਼ੋ ਰਿਵੋਕਾ ਨਹੀਂ ਗਲਤ ਪੋ ਇਨ ਕੋਰੇ ਇਹ ਯਾਦ ਰੱਖਿਓ ਵੇਰੋ ਹੈ ਰਿਸਪੋਂਸੀਬਿਲਤਾ ਪੈਨਾਲੇ ਸੋਰਜੇ ਕੇਸ ਕਦੋਂ ਪੈਦਾ ਹੁੰਦਾ ਤਿੰਨਾਂ ਚ ਪੈਦਾ ਹੁੰਦਾ ਨਾ ਪਹਿਲਾ ਸੀਗਾ ਲੈਸੀਓਨੀ ਗਰਾਵੀ ਦੂਸਰਾ ਕੀ ਸੀਗਾ ਓਮੀਚੀਦਿਓ ਕਲਪੋਜ਼ੋ ਕਤਲ ਤੀਸਰਾ ਸੀਗਾ ਕੋਦੀਸ਼ੇ ਪੈਨਾਲੇ ਤੋੜਿਆ ਫੋਟੋ ਯਾਦ ਰੱਖਣੀ ਹੈ ਫੋਟੋ ਦਿਮਾਗ ਦੇ ਵਿੱਚ ਬਣ ਜਾਣੀ ਚਾਹੀਦੀ ਆ ਰਹੀ ਫੋਟੋ ਲੈਸੀਓਨੀ ਗਰਾਵੀ ਓਮੀਚੀਦਿਓ ਕਲਪੋਜ਼ੋ ਤੇ ਕੋਦੀਸ਼ੇ ਪੈਨਾਲੇ ਤੋੜਿਆ ਸਤਰਦਾਲੇ ਨਹੀਂ ਪੈਨਾਲੇ ਤੋੜੇ ਤਿੰਨਾਂ ਚ ਸੁਰਜਿਆ ਤਿੰਨਾਂ ਚ ਬਾਹਰ ਨਿਕਲਣਾ ਫੋਟੋ ਦਿਮਾਗ ਚ ਰਹੂਗੀ ਤਾਂ ਹੀ ਸਵਾਲ ਯਾਦ ਰਹਿਣਾ ਹੈ ਤਾਂ ਇਹ ਕੀ ਕਹਿੰਦਾ ਸੁਰਜੇ ਕਦੋਂ ਹੁੰਦਾ ਕੰਫਰੋਤੀ ਦੇ ਸਕੁੰਦੂਸ਼ਨ ਤੇ ਨੋਨ ਐਸਤਾ ਤੋਂ ਆਇਡੈਂਟੀਫਿਕਾ ਤੋਂ ਨਾ ਤਾਂ ਉਹਨੇ ਸੱਟਾਂ ਗਿਆ ਨਾ ਉਹਨੇ ਕਤਲ ਕਿਆ ਨਾ ਉਹਨੇ ਲੈਸੀਓਨੀ ਉਹ ਕੋਦੀਸ਼ੇ ਪੈਨਾਲੇ ਗਿਆ ਜਦੋਂ ਕਹਿੰਦਾ ਆਇਡੈਂਟੀਫਾਈ ਨਹੀਂ ਹੋਇਆ ਤਾਂ ਕੇਸ ਹੋ ਜਾਊਗਾ ਨਹੀਂ ਕਿੱਥੇ ਕਰਾਂਗੇ ਕੇਸ ਗਲਤ ਕੀ ਹੈ ਪੈਨਲ ਮੈਨ ਤੇ ਸ਼ਿਵਲ ਮੈਨ ਤੇ ਰਿਸਪੋਂਸੀਬਿਲ ਹੈ ਦੋਨੋਂ ਕੇਸ ਤੇ ਦੋਨੋਂ ਹੀ ਹੈ ਐਸ ਸੋ ਜੈਤੋ ਅਲੇ ਪੇਨੇ ਪ੍ਰੀਵੇਸ ਤੇ ਦਲ ਕੋਦੀਸ਼ੇ ਪੈਨਾਲੇ ਜੋ ਵੀ ਮਤਲਬ ਪਹਿਲਾਂ ਤੋਂ ਲਿਖੇ ਹੋਏ ਧਾਰਾਵਾਂ ਹੈਗੀਆਂ ਕੋਦੀਸ਼ੇ ਪੈਨਾਲੇ ਸੰਵਿਧਾਨ ਦੀਆਂ ਧਾਰਾਵਾਂ ਲਿਖੀਆਂ ਜਿਹਨੂੰ ਕਹਿ ਦਈਏ ਕਾਨੂੰਨ ਬਣੇ ਹੋਏ ਆ ਉੱਚੋਂ ਲੰਘਣਾ ਪਊਗਾ ਗੱਲ ਤਾਂ ਠੀਕ ਹੈ ਸਹੀ ਹੈ ਨਾ ਸੋ ਜੈਤ ਤੋਂ ਅਲੇ ਪੇਨੇ ਪ੍ਰੀਵੇਸ ਤੇ ਦਲ ਕੋਦੀਸ਼ੇ ਸਵਾਲ ਨੂੰ ਯਾਦ ਰੱਖਣਾ ਪੈਂਦਾ ਇੱਕਦਮ ਪਤਾ ਲੱਗ ਗਿਆ ਲੰਘਣਾ ਪਊਗਾ ਧਾਰਾਵਾਂ ਜਿਹੜੀਆਂ ਲਿਖੀਆਂ ਹੋਈਆਂ ਸੰਵਿਧਾਨ ਨੇ ਵਿੱਚੋਂ ਲੰਘਣਾ ਪਊਗਾ
ਉਹਦੇ ਆਧਾਰ ਤੇ ਸਾਨੂੰ ਸਜ਼ਾ ਮਿਲਣੀ ਠੀਕ ਹੈ। ਰਿਸਪੋਂਸਬਿਲਤਾ ਪੈਨਾਲੇ ਕੇਸ ਸੁਰਜੇ ਤਿੰਨਾਂ ਚ ਸੁਰਜੇ ਹੁੰਦਾ ਕੁਆਂਡੋ ਵੀ ਕੋਲੋ ਵਾਦਾ ਕੰਪਲੀਟਾ ਮੈਂਤੇ ਦਿਸਤ੍ਰਿਤੋ ਪੂਰੀ ਤਰ੍ਹਾਂ ਟੁੱਟ ਗਿਆ ਗੱਡੀ ਟੁੱਟੀ ਹੈ ਨਾ ਲੈਸੀਓਨੀ ਗਰਾਵੀ ਲਿਖਿਆ ਨਾ ਉਮੀਚੀ ਦੀ ਕਲਪੋਜ਼ੋ ਲਿਖਿਆ ਨਾ ਹੀ ਕੀ ਲਿਖਿਆ ਕੀ ਤੋੜਨਾ ਕੋਦਿਸ਼ੇ ਪੈਨਾਲੇ ਪੈਨਾਲੇ ਤੋੜੂੰਗੇ ਤਾਂ ਪੈਨਾਲੇ ਚ ਜਾਊਂਗੇ ਕੇਸ ਠੀਕ ਹੈ ਨਾ। ਇਹ ਹੋ ਗਿਆ ਗੱਡੀ ਟੁੱਟ ਗਈ ਕਹਿੰਦਾ ਤਾਂ ਕੇਸ ਹੋ ਗਿਆ ਨਹੀਂ ਗੱਡੀ ਟੁੱਟਣ ਨਾਲ ਕਲੀ ਨਹੀਂ ਕੇਸ ਹੋਣਾ ਤਿੰਨ ਚਾਹੀਦੇ ਸੀ ਗੱਲਾਂ ਤਿੰਨ ਐ ਵਿਤਾ ਤੋ ਉਤਲੀਜ਼ਾ ਰੇਲ ਵਹੀਕਲੋ ਮਨਾ ਯੂਜ਼ ਕਰਨਾ ਵਹੀਕਲੋ ਪ੍ਰੀਵੋ ਦੀ ਕੋਪਰਾਤੂਰਾ ਸਿਕੁਰਾਤੀਵਾ ਸੁਨ ਲਿਸ ਤਰ੍ਹਾਂ ਦੀ ਪਬਲਿਕ ਹੈ ਪ੍ਰੀਵੋ ਦੀ ਕੋਪਰਾਤੂਰਾ ਸਿਕੁਰਾਤੀਵਾ ਮਤਲਬ ਬਿਨਾ ਬੀਮੇ ਤੋਂ ਬਿਨਾ ਬੀਮੇ ਦੇ ਕਵਰ ਤੋਂ ਮਨਾ ਹੈ ਯੂਜ਼ ਕਰਨਾ ਇਹ ਵੀ ਸਾਨੂੰ ਪਤਾ ਹੈ ਮਨਾ ਹੈ ਤੇ ਨਾ ਹੀ ਅਸੀਂ ਇਹਨੂੰ ਸੋਚਤਾ ਕਰ ਸਕਦੇ ਗੱਲ ਤਾਂ ਠੀਕ ਹੀ ਹੈ ਨਾ ਚਲੋ ਅੱਗੇ ਰਿਸਾਰਚੀ ਮੈਨ ਤੋਂ ਡਾਇਰੈਕਟੋ ਡਾਇਰੈਕਟ ਪੈਸੇ ਪੇ ਕਰ ਸਕਦੇ ਆਪਾਂ ਬਿਲਕੁਲ ਕਰ ਸਕਦੇ ਥੋੜਾ ਨੁਕਸਾਨ ਹੋਵੇ ਦੋ ਗੱਡੀਆਂ ਹੋਣ ਕਰ ਸਕਦੇ ਪੇ। ਇਹ ਕਹਿੰਦਾ ਐਸਕਲੂਜ਼ੋ ਸੇ ਨੇ ਸਿਨਿਸਟਰੋ ਇੱਕ ਇਨਵੋਲ ਤੋਂ ਮੋਟਰਸਾਈਕਲੋ ਇੱਕ ਮੋਟਰਸਾਈਕਲ ਵਿੱਚ ਆ ਗਿਆ ਫਿਰ ਬਾਹਰ ਹੋ ਗਏ ਤੇ ਇਹ ਸਵਾਲ ਗਲਤ ਹੈ ਰਿਸਰਚੀ ਮੈਨ ਤੋਂ ਡਾਇਰੈਕਟੋ ਇਹ ਤਾਂ ਮੋਟਰਸਾਈਕਲ ਨੂੰ ਵੀ ਪੇ ਕਰ ਸਕਦੇ ਆ ਮੋਟਰਸਾਈਕਲ ਵਾਲਾ ਤਾਂ ਨੁਕਸਾਨ ਨੂੰ ਪੇ ਕਰੋ ਜਾਓ ਪਰ ਇਹ ਚ ਉਹੀ ਹੈ ਦੋ ਗੱਡੀਆਂ ਹੋਣੀ ਚਾਹੀਦੀਆਂ ਤੇ ਥੋੜਾ ਨੁਕਸਾਨ ਹੋਵੇ ਕੌਂਸੂਲੈਂਤੇ ਦੀ ਸਲਾਹ ਲੈ ਕੇ ਗਮ ਨਿਬੇੜੋ ਇਹ ਕੋਈ ਇਦਾਂ ਦਾ ਮਤਲਬ ਨਹੀਂ ਮੋਟਰਸਾਈਕਲ ਸ਼ਾਮਿਲ ਹੋ ਗਿਆ ਤਾਂ ਮੋਟਰਸਾਈਕਲ ਤਾਂ ਵੀ ਗੱਡੀ ਹੈ। ਕੀ ਹੈ ਪੈਨਲ ਮੈਂ ਤੇ ਸ਼ੀਵਲ ਮੈਂ ਤੇ ਰਿਸਪੋਂਸਬਿਲਟੀ ਦੇ ਉਹਨਾਂ ਸਿਨਿਸਟਰ ਦਾ ਲੈ ਪੋ ਇਨਕੋਰੀ ਨਾਲ ਰਿਵੀਜ਼ਨ ਨੇ ਦਲਬ ਦੇ ਅੰਤਿਕ ਵੀ ਦਾ ਲੰਗਣਾ ਪੈ ਸਕਦਾ ਹਾਂ ਜਰਮ ਇਹ ਵੀ ਹੋ ਸਕਦਾ ਬਿਲਕੁਲ ਜਦੋਂ ਦੋਨੋਂ ਹੋ ਗਏ ਤਾਂ ਲੰਗਣਾ ਪੈ ਸਕਦਾ ਤਿੰਨੋਂ ਸਵਾਲ ਆ ਜਾਂਦੇ ਰਿਵੀਜ਼ਨ ਨੇ ਸਸਪੈਂਡ ਪਲੱਸ ਰਿਵੋਕਾ ਤਿੰਨੋਂ ਹੋ ਸਕਦੇ ਪਰ ਇਹ ਤੱਕ ਨਾ ਹੋ ਸੈਂਪਰੇ ਨਹੀਂ ਇਹ ਸਵਾਲ ਹੋ ਗਿਆ ਪੋ ਇਨਕੋਰੀ ਕਿਹਾ ਤਾਂ ਵੀਰੋ ਕਰਤਾ ਆਪਾਂ ਚਲੋ ਰਿਸਪੋਂਸਬਿਲਤਾ ਚੀਫ ਵਿਲੇ ਗਰਾਵਾਤਾ ਸਿਵਲ ਯਾਨੀ ਕਿ ਲੈਟ ਪੰਨੀ ਹੈ ਗਰਾਵਾਤਾ ਮਤਲਬ ਲੋੜ ਪੈਂਦਾ ਕਹਿ ਦਿੰਦੇ ਆ ਆਹ ਸਵਾਲ ਬਹੁਤ ਗਲਤ ਹੁੰਦਾ ਦੱਸੋ ਜੀ ਦਲਾ ਮੰਕਾਂਤਾ ਕੋਪਰਾਤੂਰਾ ਸਿਕੁਰਤੀਵਾ ਰਿਸਪੋਂਸਬਿਲਤਾ ਅਗਰਾਵਾਤਾ ਦਲਾ ਮੰਕਾ ਕੋਪਰਾਤੂਰਾ ਸਿਕੁਰਤੀਵਾ ਵੀਰੋ ਬਾਜੀ ਕੋਈ ਦੱਸ ਸਕਦਾ ਇਹ ਫਾਲਸ ਇਹ ਸਵਾਲ ਫਾਲਸ ਹੋ ਗਿਆ ਕਿਉਂਕਿ ਇਹਦਾ ਭਲੇਖਾ ਲੱਗਦਾ ਇਹਦਾ ਕੋਈ ਮਤਲਬ ਜਿਹਾ ਬਣਦਾ ਨਹੀਂ ਉਦਾਂ ਕਈ ਵਾਰ ਕਹਿੰਦੇ ਆ ਅਗਰਾਵਾਤਾ ਜਿਹਦਾ ਵੱਧ ਜਾਂਦਾ ਹੈ ਜਦੋਂ ਬੀਮਾ ਕਰਾਇਆ ਨਹੀਂ ਤਾਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਚਾਹੇ ਅਗਰਾਵਾਤਾ ਵੱਧ ਜਾਂਦਾ ਕਹਿ ਲਓ ਜਦੋਂ ਬੀਮਾ ਨਹੀਂ ਕਰਾਇਆ ਤਾਂ ਉਹ ਜ਼ਿੰਮੇਵਾਰੀ ਵੱਧ ਜਾਊਗੀ ਇਸ ਸਵਾਲ ਦਾ ਕੋਈ ਮਤਲਬ ਨਹੀਂ ਹੈਗਾ ਜੇ ਆਪਾਂ ਕਹਿੰਦੇ ਲੋਡ ਪੈਂਦਾ ਜੇ ਬੀਮਾ ਕਰਾਇਆ ਨਹੀਂ ਬੀਮਾ ਕਰਾਉਣਾ ਤਾਂ ਜ਼ਰੂਰੀ ਹੈ ਹਨਾ ਜ਼ਿੰਮੇਵਾਰੀ ਵੀ ਬਣਦੀ ਹੈ ਬੀਮਾ ਵੀ ਜ਼ਰੂਰੀ ਹੈ ਤਾਂ ਇਹਦਾ ਸਵਾਲ ਦਾ ਜਿੱਦਾਂ ਮਰਜ਼ੀ ਬਣਾ ਲਓ ਮਤਲਬ ਇਹ ਸਵਾਲ ਫਾਲਸ ਹੀ ਹੈ ਇਹਨੂੰ ਮੈਂ ਇੱਦਾਂ ਬਣਾ ਦਿੰਦਾ ਜ਼ਿੰਮੇਵਾਰੀ ਬਣਦੀ ਹੈ ਅਗਰਾਵਾਤਾ ਉਦਾਂ ਵਧਣਾ ਜਿੱਦਾਂ ਮੈਂ ਪੜ੍ਹਿਆ ਸੀਗਾ ਵੱਧ ਜਾਂਦੀ ਹੈ ਜਦੋਂ ਬੀਮਾ ਨਹੀਂ ਕਰਾਇਆ ਤਾਂ ਮਤਲਬ ਜ਼ਿੰਮੇਵਾਰੀ ਤੁਹਾਡੀ ਵੱਧ ਜਾਊਗੀ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈ ਜਾਊਗੇ ਨਹੀਂ ਉਹ ਅਲੱਗ ਚੀਜ਼ ਹੈ ਜੇ ਤੁਸੀਂ ਬੀਮਾ ਨਹੀਂ ਕਰਾਇਆ ਤੁਹਾਨੂੰ ਜੁਰਮਾਨੇ ਅਲੱਗ ਹੋਊਗੇ ਪੈਸੇ ਤਾਂ ਦੇਣੇ ਹੀ ਪੈਣੇ ਹੈਗੇ ਆ ਤਾਂ ਇਹ ਸਵਾਲ ਵੱਧ ਜਾਊਗਾ ਤਾਂ ਸਵਾਲ ਫਾਲਸ ਹੋਏ ਧਿਆਨ ਰੱਖਿਓ ਇਹ ਸਵਾਲ ਸਮਝ ਬਹੁਤ ਔਖਾ ਹੁੰਦਾ ਹੈਗਾ ਫਾਲਸ ਸਵਾਲ ਹੈ ਜਿੱਤੇ ਕੱਲ੍ਹ ਸਮਝ ਹੀ ਨਹੀਂ ਆਉਂਦਾ ਸਮਝ ਲਓ ਫਾਲਸ ਹੀ ਹੈ ਇਹੀ ਕਰਾਂਗੇ ਹੋਰ ਕੀ ਹਾਂ ਜਦੋਂ ਮੰਗਕਾ ਬੀਮਾ ਨਹੀਂ ਕਰਾਇਆ ਤਾਂ ਕਹਿੰਦਾ ਵੱਧ ਜਾਊ ਸਵਾਲ ਫਾਲਸ ਹੈ ਰਿਸਪੋਂਸਬਿਲਤਾ ਪੈਨਾਲੇ ਐਸਕਲੂਜ਼ਾ ਕੁਆਂਡੋ ਫਾਤੋ ਸੀ ਆ ਨੋਨ ਕੰਸੀਡਰਾਤੋ ਨਾ ਰਿਆਤੋ ਕ੍ਰਾਈਮ ਨਹੀਂ ਹੈ ਇਹ ਸਮਝ ਲਓ ਇੱਕ ਰਿਆਤੋ ਵਰਡ ਆ ਜੇ ਤਾਂ ਵੀ ਵੇਰੋ ਹੈ ਫੋਰਸਾ ਮਜੋਰੇ ਆ ਜੇ ਤਾਂ ਵੀ ਓਮੀ ਚੀਜ਼ ਦੇ ਕਲਪੋਜ਼ੋ ਆ ਜੇ ਤਾਂ ਵੀ ਵਰਡ ਇਹ ਵੇਰੋ ਹੀ ਹੈਗੇ ਆ ਚਾਹੇ ਉਹ ਬਾਹਰ ਦਾ ਕਹਦੇ ਚਾਹੇ ਹੁਣ ਨਿਕਲਣ ਦੀ ਗੱਲ ਕਰਦੇ ਤਿੰਨ ਵਰਡ ਓਮੀ ਚੀਜ਼ ਦੇ ਕਲਪੋਜ਼ੋ ਰਿਆਤੋ ਕ੍ਰਾਈਮ ਤੇ ਫੋਰਸਾ ਮਜੋਰੇ ਇਹ ਸਾਰੀ ਗੱਲਾਂ ਵੇਰੋ ਚ ਹੀ ਆਉਂਦੀਆਂ ਠੀਕ ਹੈ ਨਾ ਤਾਂ ਰਿਆਤੋ ਨਹੀਂ ਹੈ ਤਾਂ ਵੀ ਆਪਾਂ ਬਾਹਰ ਹੋ ਗਏ ਕ੍ਰਾਈਮ ਨਹੀਂ ਕੀਤਾ ਤਾ ਇਹ ਗਰਾਵਾ ਗਰਾਵਾ ਮਤਲਬ ਲੋਡ ਪੈਂਦਾ ਹੈ ਸਿਵਲ ਦੇ ਵਿੱਚ ਸੁਲ ਇੰਪਰੇਜ਼ਾ ਸਿਕਰੇਟਰੀਸ਼ੇ ਤੇ ਪਹਿਲਾਂ ਤਾਂ ਇੱਥੋਂ ਗਲਤ ਹੋ ਗਿਆ ਕੰਪਨੀ ਤੇ ਪਊਗਾ ਲੋਡ ਆਪਾਂ ਕਹਿੰਦੇ ਤਾਂ ਸਿਵਲ ਦੇ ਉੱਪਰ ਲੋਡ ਪੈਂਦਾ ਉਹਦਾ ਆਪਾਂ ਮੰਨਦੇ ਹਾਂ ਵੀ ਪਹਿਲਾਂ ਡਰਾਈਵਰ ਤੇ ਮਾਲਕ ਤੇ ਇੱਕ ਤੇ ਇਹ ਵੀ ਕਹਿੰਦੇ ਪਰ ਕੰਪਨੀ ਤੇ ਆਪਾਂ ਬੀਮਾ ਜ਼ਿੰਮੇਵਾਰੀ ਪਾ ਦਿੰਦੇ ਹਾਂ ਸੁਪਰੀਓਰੇ ਮਾਸੀ ਮਾਲੀ ਨੀ ਕੀ ਕਹਾਂਗੇ ਐਂਥਰੋ ਮਾਸੀ ਮਾਲੀ ਹਾਂ ਐਂਥਰੋ ਮਾਸੀ ਮਾਲੀ ਸੁਪਰੀਓਰੇ ਮਾਸੀ ਮਾਲੀ ਗਲਤ ਹੈ। ਅਗਲਾ ਸਵਾਲ ਫੋਂਦੋ ਦੀ ਗਰੰਸੀਆਂ ਨਾਲ ਦੋ ਵਰਡ ਆਉਂਦੇ ਆਪਾਂ ਨੂੰ ਯਾਦ ਜਾਂ ਤਾਂ ਉਹ ਨੋਨ ਆਈਡੈਂਟੀਫਿਕਾਤੀ ਜਾਂ ਨੋਨ ਕੋਪੈਰਤੀ ਦਾ ਸਿਕੁਰਸੀਓਨੇ ਉਹ ਦੋਨੋਂ ਵਰਡ ਨਹੀਂ ਆਏ ਇਹਦੇ ਵਿੱਚ ਮੀਨੋਰੇਨੀ ਆ ਗਿਆ ਛੋਟੀ ਉਮਰ ਵਾਲੇ ਹੈ ਨਾ ਤੇ ਇੱਥੋਂ ਯਾਦ ਕਰ ਲਓ ਜੇ ਫੋਂਦੋ ਦੀ ਗਰੰਸੀਆਂ ਨਾਲ ਪ੍ਰੀਵੇਦੇ ਆ ਜਾਵੇ ਅੱਗੇ ਤਾਂ ਵੀ ਵੇਰ ਹੁੰਦਾ ਜਾਂ ਦੋ ਵਰਡ ਮੈਂ ਤੁਹਾਨੂੰ ਦੱਸੇ ਉਹ ਯਾਦ ਕਰ ਲਿਓ ਜਿੱਦਾਂ ਯਾਦ ਰਹਿੰਦਾ ਤਾਂ ਠੀਕ ਹੈ। ਰਿਸਪੋਂਸਬਿਲਤਾ ਚੀਵੀਲੇ ਐਸਕਲੂਜ਼ਾ ਦੱਸੋ ਇੰਨਾ ਹੀ ਦੱਸ ਦੋ ਸਿਵਲ ਚੋਂ ਅਸੀਂ ਐਸਕਲੂਜ਼ੋ ਹੋ ਜਾਂਦੇ ਹਾਂ ਪੈਨਾਲੇ ਚੋਂ ਅਸੀਂ ਤਿੰਨ ਵਾਰ ਐਸਕਲੂਜ਼ੋ ਹੁੰਦੇ ਹਾਂ ਸਿਵਲ ਚ ਐਸਕਲੂਜ਼ੋ ਨਹੀਂ ਹੁੰਦੇ ਹਾਂ ਕੀ ਹੁੰਦੇ ਹਾਂ ਅਸੀਂ ਫਿਰ ਲਿਬਰੋ ਹੁੰਦੇ ਹਾਂ
ਮਤਲਬ ਕਿ ਯਾਦਕਾਲ ਦੀ ਗੱਲ ਤੇ ਇੱਕੋ ਹੀ ਹੈ, ਬਾਹਰ ਹੋ ਗਏ ਲਿਬਰ ਹੋ ਗਏ, ਪਰ ਲਿਬਰੋ ਹੈਗਾ ਜਦੋਂ ਅਸੀਂ ਪੈਸੇ ਪੇ ਕਰ ਦਿੰਦੇ, ਉਹ ਵੀ ਸਵਾਲ ਯਾਦ ਹੈ, ਪੜ੍ਹ ਵੀ ਲੈਂਦੇ, ਬਾਹਰ ਹੁੰਦੇ ਜਦੋਂ ਮੋਰਤੇ ਹੋ ਗਿਆ ਦੰਨੇ ਜਾਤੋ, ਨਹੀਂ ਜੇ ਫਿਰ ਤਾਂ ਸਾਨੂੰ ਪੈਨਾਲੇ 'ਚ ਵੀ ਜਾਣਾ ਪਊਗਾ, ਤੇ ਇਹ ਸਵਾਲ ਵੈਸੇ ਗਲਤ ਹੋ ਗਿਆ। ਜਿੱਦਾਂ ਮਰਜ਼ੀ ਯਾਦ ਕਰ ਲਓ, ਆਪਣਾ ਤਰੀਕਾ ਤੁਹਾਡਾ ਹੋ ਸਕਦਾ, ਤੇ ਮੈਂ ਥੋੜ੍ਹਾ ਛੋਟਾ ਕਰ ਲੈਂਦਾ, ਮਾੜਾ ਜਿਹਾ ਰਿਤੋਰਨਾ ਫਿਰ ਕਰਕੇ ਦੇਖ ਲੈਂਦੇ, ਠੀਕ ਹੀ ਹੈ ਸਾਰੇ। ਅਤੇ ਹੋ ਗਿਆ ਕਿਊ ਦੀ ਕਨਫਰਮਾ, ਇਹ ਹੋ ਗਿਆ ਹੈ ਨਾ। ਇਹਦੇ ਹੁਣ ਤੁਸੀਂ ਜਿੱਦਾਂ ਆਹ ਕਰ ਲਿਆ, ਦੋ ਸਕੈਦੇ ਹੋਰ ਕਰ ਲਓ, ਮਤਲਬ ਦੋ ਹੋਰ ਕਰ ਲਉਂਗੇ ਤਾਂ ਤੁਹਾਡਾ ਇਹ ਪੂਰਾ ਸ਼ਿਖਰ ਸੁਣੇ ਕਲੀਅਰ ਹੁੰਦਾ, ਜਿਹੜਾ ਤੁਹਾਨੂੰ ਨਹੀਂ ਲੱਗਦਾ ਉਹਦਾ। ਚਾਹੇ ਆਪਣਾ ਤਰੀਕਾ ਰੱਟਾ ਮਾਰ ਕੇ ਯਾਦ ਕਰ ਲਓ, ਵੀ ਜਿੱਦਾਂ ਹੁਣ ਆਪਾਂ ਕਹਿੰਦੇ ਮੰਗਕਾਂਤਾ, ਉਹਨੂੰ ਬਾਰ ਬਾਰ ਯਾਦ ਕਰੋ ਸਵਾਲ, ਇਹ ਭੁੱਲਦਾ। ਜਿੱਦਾਂ ਕਿਹੜਾ ਸੀ 39ਵਾਂ ਆਹ ਸਵਾਲ ਸੀਗਾ, ਕਿਹੜਾ ਸੀਗਾ 36ਵਾਂ 37ਵਾਂ ਆ ਰਿਹਾ, ਇਹ ਬਹੁਤ ਗਲਤ ਹੁੰਦਾ। ਰਿਸਪੋਂਸਾਬਿਲਤਾ ਸ਼ਿਵਲ ਅਗਰਾਵਾਤਾ ਦਾਲਾ ਮੰਗਕਾਂਤਾ ਕੋਪਰਾ ਤੂੰ ਐਸੀ ਕੁਰਾਤੀਵਾ, ਤਾਂ ਇਹ ਸਵਾਲ ਹੁਣ ਕਿੱਦਾਂ ਯਾਦ ਨਹੀਂ ਰਹਿੰਦਾ ਮੁੜ ਕੇ, ਤਾਂ ਇਹ ਵੱਧ ਜਾਂਦਾ ਜਦੋਂ ਬੀਮਾ ਮੰਗਕਾ ਹੈ, ਨਹੀਂ ਬੀਮਾ ਤਾਂ ਕਰਾਉਣਾ ਜ਼ਰੂਰੀ ਹੈ, ਮੰਗਕਾ ਕਿੱਦਾਂ ਹੋਜੂਗਾ, ਤਾਂ ਸਵਾਲ ਇੱਥੋਂ ਗਲਤ ਕਰ ਦਿਓ, ਜਿੱਦਾਂ ਮਰਜ਼ੀ ਕਰ ਲਓ, ਇਸ ਸਵਾਲ ਨੂੰ ਰੱਟਾ ਮਾਰਨਾ ਪੈਣਾ, ਭੁੱਲਦਾ ਬਹੁਤ ਹੈ। ਬਾਕੀ ਠੀਕ ਹੈ, ਹੁਣ ਵਰਡ ਰਿਆਤੋ ਵਾਲਾ ਵੀਰੋ ਹੋਊਗਾ ਹਮੇਸ਼ਾ, ਸੁਪਰੀ ਓਰੇ ਮਾਸੀ ਮਾਲੀ ਵਾਲਾ ਗਲਤ ਹੋਊਗਾ ਹਮੇਸ਼ਾ, ਹੈ ਨਾ, ਪੋ ਇਨਕੋਰੇ ਨੈਲਾ ਰਿਵੀਜ਼ਿਓ ਨੇ ਵੀਰੋ ਹੋਊਗਾ ਹਮੇਸ਼ਾ, ਹੈ ਨਾ, ਪੋ ਇਨਕੋਰੇ ਨੈਲਾ ਰਿਵੀਜ਼ਿਓ ਨੇ। ਅਤੇ ਬਾਕੀ ਗੱਲਾਂ ਜਿਹੜੀਆਂ ਸ਼ੋਰਟਕੱਟ ਦੀ ਗੱਲ ਕਰੀਏ, ਤਾਂ ਇੱਦਾਂ ਕਰਕੇ ਆਪਾਂ ਕਰ ਸਕਦੇ। ਬਾਕੀ ਚਲੋ ਮੈਂ ਜ਼ਿਆਦਾ ਨਹੀਂ ਟਾਈਮ ਖਰਾਬ ਕਰਦਾ ਤੁਹਾਡਾ, ਅਤੇ ਦੋ ਸਕੈਦੇ ਦੇ ਹੋਰ ਕਰੋ ਤਾਂ ਇਹ ਯਾਦ ਹੋਜੂਗਾ, ਰੱਟਾ ਜਿਹਾ ਹੀ ਮਾਰਨਾ ਪੈਂਦਾ, ਚੈਪਟਰ ਇੱਦਾਂ ਦਾ ਹੀ ਹੈ। ਹਾਂਜੀ, ਇਹਦੇ ਨਾਲ ਦੋ ਇਸ ਤੋਂ ਪਹਿਲਾਂ ਵੀਡੀਓ ਹੋਰ ਬਣਾਏ ਹੋਏ ਆ, ਉਹ 'ਚ ਵੀ ਇੱਕ ਦੋ ਸਕੈਦੇ ਕੀਤੇ ਹੋਏ ਹੈ ਨਾ, ਅਤੇ ਉਹਦੇ ਲਿੰਕ ਮੈਂ ਦੇ ਦੂੰਗਾ ਥੱਲੇ, ਜਿਹੜਾ ਆਪਾਂ ਥੱਲੇ ਕਰਦੇ ਨਾ ਡਿਸਕ੍ਰਿਪਸ਼ਨ 'ਚ, ਥੱਲੇ ਸ਼ੋ ਮੋਰ ਜਾਂ ਲਿਖਿਆ ਹੁੰਦਾ, ਉਹਦੇ ਵਿੱਚ ਜਾ ਕੇ ਉਹਦੇ ਲਿੰਕ ਵੀ ਹੋਊਗੇ, ਤਾਂ ਉਹ ਵੀ ਦੇਖ ਲਿਓ, ਅਤੇ ਥੋੜ੍ਹਾ ਜਿਹਾ ਇੱਦਾਂ ਦਾ ਚੈਪਟਰ ਹੈਗਾ ਹੈ। ਅਤੇ ਬਾਕੀ ਅਗਲੇ ਵੀਡੀਓ ਬਣਾਉਂਦੇ ਹਾਂ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ, ਬਹੁਤ ਬਹੁਤ ਧੰਨਵਾਦ ਜੀ।